शरण तुम्हारी आयो नानक के प्रभ सातो सतगुर आयो शरण तुम्हारी मिले सुख नाम हर शोभा चिंता लाहे हमारी अवर न सूजै दूजी ठाहर हार पर्यो तो द्वारी लिखा छोड़ लिखै छूटै हम निर्गुण लेहो उबारी सदबख्शिंद सदा मेहरवाना सबना दे आधारी नानक दास संत पाछै परयो राख ले हो एह बारी नानक दास संत पाछै परयो राख ले हो एह बारी सुखाओ टल गुर सेविए अहनिस सहज सुभाए दर्शन परसे गुरु के जन्म मरण दुख जाहे सिफत खसम नूर अर सोह कुर सोह छटिए डिठे सचे पातशाह मल जन्म जन्म दी खटिए सतनाम श्री वाहिगुरु साहिब जी सलोक महला पहला गौ ब्राह्मण कौ कर लाव हो गोबर तरण न जाई तोती टिक्का तै जप माली तान मले छा खाई अंतर पूजा पढ़े कति बम संजम तुर का पाई छोड़ी ले पाखंडा नाम लय जाहि तरंदा वाहिगुरु जी का खालसा वाहिगुरु जी की फतेह सतगुरां दी साजी नवाजी गुरु की संगत आप संगता ने ਗੁਰੂ ਦਰਬਾਰੇ ਅੰਦਰ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਕੀਰਤਨ ਸਰਵਨ ਕਰਕੇ ਲਾਹਾ ਪ੍ਰਾਪਤ ਕੀਤਾ ਮਿਲਿਆ ਹੋਇਆ ਸਮਾਂ ਮਿਲੇ ਹੋਏ ਸਵਾਸ ਗੁਰੂ ਰਹਿਮਤ ਨਾਲ ਗੁਰੂ ਕਿਰਪਾ ਨਾਲ ਸਫਲੇ ਬਣਾਏ ਲੜੀਵਾਰ ਗੁਰਬਾਣੀ ਦੀ ਕਥਾ ਜੋ ਹੈ ਉਹ ਸਤਿਗੁਰੂ ਜੀ ਸਾਨੂੰ ਸ੍ਰੀ ਆਸਾ ਦੀ ਵਾਰ ਵਿੱਚੋਂ ਬਖਸ਼ਿਸ਼ ਕਰ ਰਹੇ ਨੇ ਜਿਸ ਦੇ ਅਸੀਂ ਇਸ ਤੋਂ ਪਹਿਲਾਂ ਜਿਹੜੇ ਹਨ 15 ਸਲੋਕ ਆਪਾਂ ਸਰਵਣ ਕੀਤੇ ਨੇ 24 ਸਲੋਕ ਮਹਾਰਾਜ ਦੀਆਂ ਨੇ ਆਸਾ ਦੀ ਵਾਰ ਵਿੱਚ ਬਖਸ਼ਿਸ਼ ਕੀਤੇ ਨੇ ਅੱਜ 16 ਨੰਬਰ ਦਾ ਜਿਹੜਾ ਸਲੋਕ ਹੈ ਉਹ ਸਾਨੂੰ ਪ੍ਰਾਪਤ ਹੋ ਰਿਹਾ ਸਤਿਗੁਰੂ ਜੀ ਕਿਵੇਂ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਇਹ ਆਪਾਂ ਸਰਵਣ ਕਰਾਂਗੇ ਮਨ ਬਿਰਤੀਆਂ ਟਕਾਈਏ ਮਿਲ ਕੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇਹ ਸਲੋਕ ਸੁਲਤਾਨਪੁਰ ਦੀ ਪਵਿੱਤਰ ਧਰਤੀ 'ਤੇ ਮਹਾਰਾਜ ਨੇ ਬਖਸ਼ਿਆ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦੇ ਵਿੱਚ
ਵਸਿਆ ਹੋਇਆ ਨਗਰ ਹੈ ਜਿਹੜਾ ਅੱਜ ਤਹਿਸੀਲ ਬਣਿਆ ਹੋਇਆ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਇੱਥੇ ਹੱਟ ਸਾਹਿਬ ਦੀ ਸੇਵਾ ਕੀਤੀ ਹੈ, ਹੱਟ ਚਲਾਇਆ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਇੱਥੇ ਵਿਆਹੇ ਹੋਏ ਸਨ ਜੈ ਰਾਮ ਜੀ ਦੇ ਨਾਲ, ਅਤੇ ਸਤਿਗੁਰੂ ਪਾਤਸ਼ਾਹ ਨੂੰ ਇੱਥੋਂ ਹੀ ਹੱਟ ਦਾ ਕਾਰੋਬਾਰ ਜਿਹੜਾ ਸੀ ਉਹ ਜੈ ਰਾਮ ਜੀਆਂ ਨੇ ਖੁਲਵਾ ਕੇ ਦਿੱਤਾ ਸੀਗਾ। ਜਿਸ ਜਗ੍ਹਾ ਦੇ ਉੱਪਰ ਗੁਰਦੁਆਰਾ ਬੇਰ ਸਾਹਿਬ ਬਣਿਆ ਹੋਇਆ ਹੈ, ਉਸ ਗੁਰਦੁਆਰੇ ਦਾ ਨਾਮ ਬੇਰ ਸਾਹਿਬ ਬੇਰੀ ਦਾ ਰੁੱਖ ਹੋਣ ਕਰਕੇ ਪੈ ਗਿਆ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਦਾਤਣ ਕਰਕੇ ਇੱਕ ਦਿਨ ਦਾਤਣ ਗੱਢ ਦਿੱਤੀ ਅਤੇ ਉਸ ਗੱਢੀ ਹੋਈ ਦਾਤਣ ਤੋਂ ਇਹ ਰੁੱਖ ਬਣਿਆ। ਸਤਿਗੁਰੂ ਜੀ ਦਾ ਨੇਮ ਸੀਗਾ ਕਿ ਅੰਮ੍ਰਿਤ ਵੇਲੇ ਉੱਠ ਕੇ ਸਵਾ ਪੈਰ ਰਾਤ ਰਹਿੰਦਿਆਂ ਮਹਾਰਾਜ ਜੀ ਇਸ਼ਨਾਨ ਕਰਦੇ ਸਨ ਵੇਈ ਨਦੀ ਦੇ ਉੱਪਰ ਆ ਕੇ। ਇਸ਼ਨਾਨ ਕਰਨ ਤੋਂ ਮਗਰੋਂ ਸਤਿਗੁਰੂ ਪਾਤਸ਼ਾਹ ਜੀ ਫਿਰ ਸਿਮਰਨ ਵਿੱਚ ਜੁੱਟ ਜਾਂਦੇ। ਇੱਕ ਦਿਨ ਕੀ ਹੋਇਆ, ਮਹਾਰਾਜ ਸਾਹਿਬ ਜੀ ਜਦੋਂ ਗਏ ਇਸ਼ਨਾਨ ਕਰਨ ਵਾਸਤੇ ਅਤੇ ਇਸ਼ਨਾਨ ਕਰਨ ਤੋਂ ਮਗਰੋਂ ਬੇਰ ਸਾਹਿਬ ਦਾ ਜਿਹੜਾ ਸਥਾਨ ਹੈ ਭੂਰਾ ਸਾਹਿਬ ਬਣਿਆ ਹੋਇਆ, ਇਹ ਸਤਿਗੁਰਾਂ ਦੀ ਯਾਦ ਵਿੱਚ ਕਿ ਮਹਾਰਾਜ ਇੱਥੇ ਬੈਠ ਕੇ ਆਪ ਨਿਤਨੇਮ ਸਿਮਰਨ ਕਰਿਆ ਕਰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬੈਠ ਗਏ ਸਿਮਰਨ ਦੇ ਵਿੱਚ ਅਤੇ ਇੰਨੇ ਚਿਰ ਨੂੰ ਦਿਨ ਚੜ ਗਿਆ। ਜਦੋਂ ਦਿਨ ਚੜ੍ਹਿਆ ਤਾਂ ਮਹਾਰਾਜ ਜਾ ਰਹੇ ਸਨ ਅਤੇ ਕੀ ਵੇਖਦੇ ਨੇ ਵੀ ਇੱਕ ਵੇਈ ਨਦੀ ਦੇ ਉੱਪਰ ਪੁਲ ਬਣਿਆ ਹੋਇਆ ਅਤੇ ਪੁਲ ਦੇ ਕੋਲ ਇੱਕ ਖੱਤਰੀ ਜਾਤੀ ਦਾ ਵਿਅਕਤੀ ਜਿਹੜਾ ਹੈ ਉਸ ਨੂੰ ਟੈਕਸ ਗਰਾਉਣ ਵਾਸਤੇ ਸਰਕਾਰ ਨੇ ਰੱਖਿਆ ਹੋਇਆ। ਇਹ ਜਿਹੜਾ ਟੈਕਸ ਲੈਣ ਵਾਲਾ ਵਿਅਕਤੀ ਹੈ ਜਦੋਂ ਪੁਲ ਦੇ ਉੱਪਰ ਖੜ੍ਹਾ ਹੋਇਆ ਅਤੇ ਇੰਨੇ ਚਿਰ ਨੂੰ ਕਹਿੰਦੇ ਇੱਕ ਬ੍ਰਾਹਮਣ ਆ ਗਿਆ, ਉਹਨੇ ਹੱਥ ਵਿੱਚ ਗਾਂ ਦਾ ਰੱਸਾ ਫੜਿਆ ਹੋਇਆ। ਉਸਨੇ ਆ ਕੇ ਆਖਿਆ ਵੀ ਮੈਨੂੰ ਪੁਲ ਤੋਂ ਪਾਰ ਹੋਣ ਲੈਣ ਦਿਓ। ਇਹ ਜਿਹੜਾ ਪੁਲ 'ਤੇ ਖੜ੍ਹਾ ਹੋਇਆ ਵਿਅਕਤੀ ਹੈ ਇਹ ਵੀ ਹਿੰਦੂ ਹੀ ਹੈ, ਖੱਤਰੀ ਜਾਤੀ ਨਾਲ ਸੰਬੰਧ ਰੱਖਦਾ। ਕਹਿਣ ਲੱਗਾ ਵੀ ਇੱਥੇ 4 ਆਨੇ ਟੈਕਸ ਤੈਨੂੰ ਦੇਣਾ ਪਵੇਗਾ ਅਤੇ 4 ਆਨੇ ਟੈਕਸ ਤੇਰੀ ਗਾਂ ਦਾ, ਇਹ ਦੋਵਾਂ ਦਾ 4-4 ਆਨੇ ਟੈਕਸ ਲੱਗਣਾ ਹੈ। 8 ਆਨੇ ਟੈਕਸ ਕਟਾਇਆ ਜਾਵੇ, ਚੁੰਗੀ ਕਟਾਈ ਜਾਵੇ, ਫਿਰ ਤੂੰ ਪੁਲ ਤੋਂ ਪਾਰ ਹੋ ਸਕਦਾ। ਜਦੋਂ ਉਸ ਖੱਤਰੀ ਨੇ ਇਹ ਗੱਲ ਕਹੀ ਹੈ ਟੈਕਸ ਲੈਣ ਵਾਲੇ ਨੇ ਤਾਂ ਬ੍ਰਾਹਮਣ ਕਹਿਣ ਲੱਗਾ ਵੀ ਮੈਂ ਤਾਂ ਬਹੁਤ ਜ਼ਿਆਦਾ ਗਰੀਬ ਹਾਂ, ਇਹ ਗਊ ਵੀ ਮੈਨੂੰ ਕਿਸੇ ਨੇ ਦਾਨ ਕੀਤੀ ਹੈ ਅਤੇ ਮੈਂ ਲੈ ਕੇ ਆਇਆ, ਮੇਰੇ ਕੋਲ ਇੰਨੀ ਮਾਇਆ ਨਹੀਂ, ਮੈਂ ਕਿਵੇਂ ਦੇ ਦਿਆਂ, ਅਤੇ ਇਹ ਜਿਹੜੀ ਗਾਂ ਹੈ ਇਹ ਤੇਰੀ ਵੀ ਤਾਂ ਮਾਤਾ ਹੀ ਲੱਗਦੀ ਹੈ ਨਾ, ਖੱਤਰੀ ਲੋਕ ਵੀ ਤਾਂ ਗਾਂ ਨੂੰ ਮਾਤਾ ਕਹਿ ਕੇ ਮੰਨਦੇ ਨੇ, ਅਤੇ ਬ੍ਰਾਹਮਣ ਨੂੰ ਤੁਸੀਂ ਸਤਿਕਾਰ ਦਿੰਦੇ ਹੋ, ਬ੍ਰਾਹਮਣ ਨੂੰ ਗੁਰੂ ਮੰਨਿਆ ਜਾਂਦਾ, ਦੇਵਤਾ ਮੰਨਿਆ ਜਾਂਦਾ, ਅਤੇ ਮੈਂ ਬ੍ਰਾਹਮਣ ਹਾਂ ਅਤੇ ਫਿਰ ਤੂੰ ਮੇਰੇ ਵਾਸਤੇ ਕੋਈ ਛੋਟ ਕਰਦਾ ਹੀ ਨਹੀਂ। ਇਹ ਖੱਤਰੀ ਕਹਿਣ ਲੱਗਾ ਵੀ ਨਹੀਂ, ਭਾਵੇਂ ਇਹ ਗਊ ਹੈ ਭਾਵੇਂ ਤੂੰ ਬ੍ਰਾਹਮਣ ਹੈ ਪਰ ਇੰਨਾ ਕਰ ਤਾਂ ਤੈਨੂੰ ਦੇਣਾ ਪਵੇਗਾ, ਜੇ ਨਹੀਂ ਦੇ ਸਕਦਾ ਤਾਂ ਮੈਂ ਪੁਲ ਤੋਂ ਪਾਰ ਨਹੀਂ ਹੋਣ ਦੇਵਾਂਗਾ। ਕਰਦਿਆਂ ਕਰਦਿਆਂ ਕਹਿੰਦੇ ਦੁਪਹਿਰ ਹੋ ਗਈ, ਦੁਪਹਿਰ ਤੱਕ ਉਹ ਬ੍ਰਾਹਮਣ ਵਿਚਾਰਾ ਗਾਂ ਨੂੰ ਫੜ ਕੇ ਖਲੋਤਾ ਰਿਹਾ, ਉਸ ਕੋਲ ਪੈਸੇ ਨਹੀਂ ਅਤੇ ਉਹ ਕਰ ਕਿੱਥੋਂ ਦੇ ਦੇਵੇ। ਹੁਣ ਗਾਂ ਨੂੰ ਵੀ ਭੁੱਖ ਲੱਗੀ ਹੈ ਜਿਹਨੂੰ ਮਾਤਾ ਕਹਿੰਦੇ ਨੇ, ਅਤੇ ਬ੍ਰਾਹਮਣ ਨੂੰ ਜਿਹਨੂੰ ਦੇਵਤਾ ਕਹਿੰਦੇ ਉਹ ਵੀ ਵਿਚਾਰਾ ਧੁੱਪ ਦੇ ਵਿੱਚ ਖਲੋਤਾ ਖਲੋਤਾ ਬੜਾ ਬੇਬਲ ਅਤੇ ਬੜਾ ਦੁਖੀ ਹੋਇਆ। ਇੰਨੇ ਚਿਰ ਨੂੰ ਕਹਿਣ ਲੱਗੇ ਗਊ ਨੇ ਉੱਥੇ ਗੋਬਰ ਕਰ ਦਿੱਤਾ, ਫੋਸ ਕਰ ਦਿੱਤਾ, ਗੋਹਾ ਕਰ ਦਿੱਤਾ, ਅਤੇ ਗੋਹਾ ਕੀਤਾ ਵੇਖ ਕੇ ਉਹ ਜਿਹੜਾ ਪੁਲ 'ਤੇ ਖਲੋਤਾ ਹੋਇਆ ਚੁੰਗੀਦਾਰ ਖੱਤਰੀ ਉਹਨੇ ਭੱਜ ਕੇ ਗੋਹੇ ਨੂੰ ਚੁੱਕ ਲਿਆ ਅਤੇ ਪੋਚਾ ਦੇਣ ਲੱਗ ਪਿਆ ਵੀ ਮੈਂ ਰੋਟੀ ਬਣਾਉਣੀ ਹੈ ਅਤੇ ਗਾਂ ਦਾ ਗੋਬਰ ਸੁੱਚਾ ਹੈ, ਮੈਂ ਪੋਚਾ ਦੇ ਕੇ ਚੌਂਕਾ ਸੁੱਚਾ ਕਰਾਂ ਅਤੇ ਫਿਰ ਮੈਂ ਰੋਟੀ ਬਣਾ ਕੇ ਖਾਵਾਂ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਸਾਰਾ ਕੌਤਕ ਵੇਖ ਕੇ ਅਤੇ ਪਾਤਸ਼ਾਹ ਨੇ ਜਿਹੜਾ ਸਲੋਕ ਹੈ ਨਾ ਉਸ ਵੇਲੇ ਬਖਸ਼ਿਸ਼ ਕੀਤਾ। ਸੁਲਤਾਨਪੁਰ ਦੀ ਧਰਤੀ 'ਤੇ ਮਹਾਰਾਜ ਜੀ ਉਪਦੇਸ਼ ਸਾਨੂੰ ਨਿਹਾਲ ਕਰਦੇ ਹਨ। ਗਊ ਬ੍ਰਾਹਮਣ ਕਉ ਕਰ ਲਾਵਹੁ ਗੋਬਰ ਤਰਣ ਨ ਜਾਈ। ਮਹਾਰਾਜ ਕਹਿਣ ਲੱਗੇ ਇਹ ਖੱਤਰੀ ਇੱਕ ਪਾਸੇ ਅਤੇ ਗਊ ਨੂੰ ਮਾਤਾ ਕਹਿੰਦਾ ਹੈ ਅਤੇ ਫਿਰ ਆਪਣੀ ਮਾਤਾ ਨੂੰ ਹੀ 4 ਪੈਸੇ 4 ਆਨੇ ਟੈਕਸ ਲਾਉਂਦਾ ਪਿਆ। ਗਊ ਬ੍ਰਾਹਮਣ ਕਉ ਕਰ ਲਾਵਹੁ, ਫਿਰ ਬ੍ਰਾਹਮਣ ਨੂੰ ਵੀ ਕਰ ਲਾਇਆ। ਬ੍ਰਾਹਮਣ ਨੂੰ ਇੱਕ ਪਾਸੇ ਦੇਵਤਾ ਕਹਿੰਦਾ ਹੈ, ਮੱਥਾ ਟੇਕਦਾ, ਬ੍ਰਾਹਮਣ ਗੁਰੂ ਹੈ ਜਗਤ ਕਾ, ਇੱਕ ਪਾਸੇ ਆਖਦਾ ਵੀ ਬ੍ਰਾਹਮਣ ਤਾਂ ਗੁਰੂ ਹੈ ਦੇਵਤਾ ਹੈ, ਅਤੇ ਫਿਰ ਉਹ ਦੇਵਤੇ ਨੂੰ ਵੀ ਕਹਿੰਦਾ ਵੀ 4 ਆਨੇ ਤੂੰ ਵੀ ਟੈਕਸ ਦੇ। ਗਊ ਨੂੰ ਮਾਤਾ ਮੰਨਿਆ ਉਹਦਾ ਵੀ 4 ਆਨੇ ਟੈਕਸ ਮੰਗ ਲਿਆ, ਬ੍ਰਾਹਮਣ ਨੂੰ ਦੇਵਤਾ ਮੰਨਿਆ ਉਹਦਾ ਵੀ 4 ਆਨੇ ਟੈਕਸ ਮੰਨਿਆ,
ਟੈਕਸ ਤੇ ਲੈਂਦਾ ਪਿਆ, ਕਰ ਤੇ ਲੈਂਦਾ ਪਿਆ, ਪਰ ਗੋਬਰ ਤਰਨ ਨਾ ਜਾਈ। ਜੇ ਤੂੰ ਆਖੇ ਨਾ ਵੀ ਗਾਂ ਦਾ ਗੋਹਾ ਚੁੱਕੇ ਤੇ ਮੈਂ ਚੌਂਕਾ ਆਪਣਾ ਲਿਪ ਲਵਾਂ, ਤੇ ਫਿਰ ਲਿਪੇ ਹੋਏ ਪੋਚੇ ਦਿੱਤੇ ਹੋਏ ਚੌਂਕੇ ਵਿੱਚ ਪ੍ਰਸ਼ਾਦਾ ਬਣਾ ਕੇ ਛਕਾਂ ਦੇ ਮਹਾਰਾਜ ਕਹਿਣ ਲੱਗੇ, ਗੋਬਰ ਤਰਨ ਨਾ ਜਾਈਏ, ਗੋਬਰ ਨਾਲ ਤਰਿਆ ਨਹੀਂ ਹੋ ਜਾਣਾ। ਇਹ ਤੇ ਤੇਰਾ ਪਖੰਡ ਹੈ, ਦੁਨੀਆ ਨੂੰ ਪਖੰਡ ਕਰਕੇ ਵਿਖਾਉਂਦਾ ਪਿਆ ਵੀ ਵੇਖੋ ਵੀ ਮੈਂ ਬੜਾ ਧਾਰਮਿਕ, ਜੇ ਲੋਕੋ ਮੈਂ ਗੋਬਰ ਦੇ ਨਾਲ ਚੌਂਕਾ ਲਿਪਿਆ ਹੈ ਤੇ ਫਿਰ ਮੈਂ ਰੋਟੀ ਬਣਾ ਕੇ ਖਾਧੀ ਹੈ, ਪਰ ਕੀ ਫਾਇਦਾ? ਜਿਸ ਗਊ ਦੇ ਗੋਬਰ ਦੇ ਨਾਲ ਚੌਂਕਾ ਸੁੱਚਾ ਸਮਝਦਾ ਹੈ, ਉਸ ਗਊ ਨੂੰ ਤੇ ਪਾਰ ਹੋਣ ਵਾਸਤੇ ਪੈਸੇ ਮੰਗਦਾ ਪਿਆ। ਪਾਤਸ਼ਾਹ ਕਹਿਣ ਲੱਗੇ, ਭਾਈ ਇਸ ਕਰਕੇ ਗਊ ਬ੍ਰਾਹਮਣ ਕੋ ਕਾਰ ਲਾਵੋ, ਗਊ ਨੂੰ ਵੀ ਟੈਕਸ ਲਾਇਆ, ਬ੍ਰਾਹਮਣ ਨੂੰ ਵੀ ਟੈਕਸ ਲਾਇਆ, ਗੋਬਰ ਤਰਨ ਨਾ ਜਾਈ, ਪਰ ਗਾਂ ਦੇ ਗੋਬਰ ਨਾਲ ਤਰਿਆ ਨਹੀਂ ਜਾਣਾ, ਮੁਕਤ ਨਹੀਂ ਹੋਇਆ ਜਾਣਾ। ਇਹ ਤੇਰੇ ਮਨ ਵਿੱਚ ਇੱਕ ਭਰਮ ਪੈਦਾ ਹੋ ਗਿਆ। ਅੱਜ ਵੀ ਦੁਨੀਆ ਦੇ ਲੋਕ ਇਸ ਤਰ੍ਹਾਂ ਕਰਦੇ ਨਾ, ਕਹਿਣ ਲੱਗੇ ਗਊ ਦਾ ਪਿਸ਼ਾਬ ਪੀ ਲਵੋ, ਗੋਹੇ ਦੇ ਨਾਲ ਇਹ ਕੰਮ ਕਰ ਲਵੋ, ਇਹੋ ਜਿਹੀਆਂ ਸਲਾਹਾਂ ਦਿੱਤੀਆਂ ਜਾਂਦੀਆਂ। ਮਨਮੱਤੀ ਲੋਕ ਜਿਹੜੇ ਨੇ ਇਹ ਕਰਮ ਕਰਦੇ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਇਸ ਤਰ੍ਹਾਂ ਤਰਿਆ ਨਹੀਂ ਜਾਣਾ, ਮੁਕਤ ਨਹੀਂ ਹੋਈਦਾ ਹੈ। ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਛਾ ਖਾਈ। ਮਹਾਰਾਜ ਕਹਿਣ ਲੱਗੇ ਕਿ ਧੋਤੀ ਵੀ ਬੱਧੀ ਹੋਈ ਹੈ, ਇਹ ਜਿਹੜਾ ਖੱਤਰੀ ਹੈ ਨਾ ਟੈਕਸ ਲੈਣ ਵਾਲਾ, ਧੋਤੀ ਬੱਧੀ ਹੈ। ਕਹਿਣ ਲੱਗੇ ਧੋਤੀ ਬੱਧੀ ਹੈ, ਹਿੰਦੂਆਂ ਦਾ ਲਿਬਾਸ ਪਾਇਆ, ਧੋਤੀ ਟਿੱਕਾ ਮੱਥੇ 'ਤੇ ਟਿੱਕਾ ਵੀ ਲਾਇਆ, ਤਿਲਕ ਵੀ ਲਾਇਆ ਹੋਇਆ। ਤੈ ਜਪ ਮਾਲੀ, ਜਪ ਮਾਲੀ ਕਹਿੰਦੇ ਮਾਲਾ, ਗਲ ਵਿੱਚ ਮਾਲਾ ਪਾਈ ਹੈ, ਜਦੋਂ ਸਮਾਂ ਲੱਗੇਗਾ ਮੈਂ ਮਾਲਾ ਗਲ ਵਿੱਚੋਂ ਲਾਹ ਕੇ ਅਤੇ ਹੱਥ ਵਿੱਚ ਫੇਰਾਂਗਾ ਅਤੇ ਰਾਮ ਰਾਮ ਕਹਾਂਗਾ। ਪਾਤਸ਼ਾਹ ਕਹਿਣ ਲੱਗੇ, ਨਿਸ਼ਾਨੀਆਂ ਤਾਂ ਪੂਰੀਆਂ ਬਣਾਈਆਂ ਧਰਮ ਦੀਆਂ, ਵੀ ਧੋਤੀ ਵੀ ਪਾਈ ਹੈ, ਮੱਥੇ 'ਤੇ ਤਿਲਕ ਵੀ ਲਾਇਆ, ਹੱਥ ਵਿੱਚ ਗਲ ਵਿੱਚ ਮਾਲਾ ਵੀ ਫੜੀ ਹੈ। ਧੋਤੀ ਟਿੱਕਾ ਤੈ ਜਪ ਮਾਲੀ, ਸਭ ਕੁਝ ਕੀਤਾ ਹੈ ਪਰ ਧਾਨ ਮਲੇਛਾਂ ਖਾਈ, ਮਲੇਛਾਂ ਦਾ ਧਾਨ ਦਿੱਤਾ ਹੋਇਆ ਖਾਂਦਾ, ਮਲੇਛ ਜਿਹੜੇ ਤੁਰਕ ਨੇ ਉਹਨਾਂ ਦਾ ਧਾਨ ਖਾਂਦਾ ਪਿਆ ਹੈ, ਵੱਡੀਆਂ ਲੈ ਕੇ ਖਾਂਦਾ ਪਿਆ। ਜਾਂ ਇਸ ਤਰ੍ਹਾਂ ਕਹਿ ਲਈਏ, ਮਲੇਛਾ ਇਹ ਮੈਲ ਵਾਲੀ ਮੱਤ ਦੇ ਮਾਲਕ, ਤੂੰ ਦੂਜਿਆਂ ਦਾ ਹੱਕ ਲੈਣ ਰੂਪੀ ਧਨ ਨੂੰ ਖਾਂਦਾ ਪਿਆ, ਤੇਰੀ ਮੱਤ ਜਿਹੜੀ ਹੈ ਭ੍ਰਸ਼ਟ ਹੋ ਚੁੱਕੀ ਹੈ, ਮੈਲੀ ਹੋ ਚੁੱਕੀ ਹੈ। ਇਹ ਮੈਲੀ ਮੱਤ ਵਾਲੇ ਆਦਮੀ ਦੂਜਿਆਂ ਦਾ ਧਨ ਖਾ ਖਾ ਕੇ ਅਤੇ ਬਾਹਰੋਂ ਵਿਖਾਉਂਦਾ ਮੈਂ ਬੜਾ ਧਰਮੀ ਹਾਂ, ਅਤੇ ਇਸ ਤਰ੍ਹਾਂ ਤਰਿਆ ਨਹੀਂ ਹੋ ਜਾਣਾ। ਧਾਨ ਮਲੇਛਾਂ ਖਾਈ, ਮੁਗਲਾਂ ਦਾ ਧਾਨ ਖਾ ਕੇ ਬੇਈਮਾਨੀ ਵਾਲਾ, ਅਤੇ ਇਸ ਤਰ੍ਹਾਂ ਤਰਿਆ ਨਹੀਂ ਜਾਂਦਾ ਹੈ। ਅੰਤਰ ਪੂਜਾ ਪੜਹਿ ਕਤੇਬਾ ਸੰਜਮ ਤੁਰਕਾ ਭਾਈ। ਜਿਹੜਾ ਖੱਤਰੀ ਬੈਠਾ ਸੀ ਨਾ ਟੈਕਸ ਵਾਲਾ, ਇਹ ਬੜਾ ਚਲਾਕ ਹੈ, ਅੰਤਰ ਪੂਜਾ, ਹੁਣ ਮੁਗਲਾਂ ਕੋਲੋਂ ਡਰਦਾ ਵੀ ਮੈਂ ਮੁਗਲਾਂ ਦੀ ਨੌਕਰੀ ਕਰਦਾ, ਕਿਤੇ ਮੈਨੂੰ ਕੁਝ ਕਹਿਣ ਨਾ। ਜਦੋਂ ਠਾਕੁਰ ਦੀ ਪੂਜਾ ਕਰਨੀ ਹੈ ਅੰਦਰ ਲੋਕ ਕੇ ਕਰਦਾ, ਦਰਵਾਜ਼ਾ ਕਹਿੰਦਾ ਘਰ ਵਾਲਿਆਂ ਨੂੰ ਬੰਦ ਕਰ ਦਿਓ, ਮੈਂ ਠਾਕੁਰ ਨੂੰ ਪੂਜ ਲਵਾਂ, ਅਤੇ ਮੂਰਤੀ ਪੂਜਨ ਕਰਦਾ। ਜਦੋਂ ਘਰ ਤੋਂ ਬਾਹਰ ਨਿਕਲਦਾ ਫਿਰ ਕਹਿਣ ਲੱਗੇ ਪੜ੍ਹੇ ਕਿਤੇਬਾਂ, ਮੁਸਲਮਾਨਾਂ ਦਾ ਧਾਰਮਿਕ ਗ੍ਰੰਥ ਕਿਤੇਬ ਹੈ, ਫਿਰ ਉਹਨਾਂ ਮੁਸਲਮਾਨਾਂ ਵਿੱਚ ਬੈਠ ਕੇ ਕਿਤੇਬ ਪੜ੍ਹਦਾ, ਵੇਖੋ ਜੀ ਮੈਂ ਤਾਂ ਤੁਹਾਡੇ ਧਰਮ ਨੂੰ ਕਿੰਨਾ ਸਤਿਕਾਰ ਦਿੰਦਾ, ਮੈਂ ਜੰਮਿਆਂ ਜ਼ਰੂਰ ਹਿੰਦੂ ਹਾਂ ਪਰ ਕੰਮ ਮੇਰੇ ਮੁਸਲਮਾਨਾਂ ਵਾਲੇ ਨੇ, ਮੁਸਲਮਾਨ ਦੀ ਸਰਕਾਰ ਹੈ, ਕਾਨੂੰਨ ਹੈ, ਉਹਨਾਂ ਨੂੰ ਖੁਸ਼ ਕਰਦਾ ਵੀ ਇਹ ਮੇਰੇ 'ਤੇ ਖੁਸ਼ ਰਹਿਣ। ਅੰਤਰ ਪੂਜਾ ਪੜ੍ਹੇ ਕਿਤੇਬਾਂ, ਵਿਖਾ ਵਿਖਾ ਕੇ ਕਿਤੇਬ ਨੂੰ ਪੜ੍ਹਦਾ, ਕੁਰਾਨ ਨੂੰ ਪੜ੍ਹਦਾ, ਧਾਰਮਿਕ ਗ੍ਰੰਥਾਂ ਨੂੰ ਪੜ੍ਹਦਾ। ਸੰਜਮ ਤੁਰਕਾ ਭਾਈ, ਸੰਜਮ ਤੋਂ ਭਾਵ ਤਰੀਕਾ। ਮਹਾਰਾਜ ਕਹਿੰਦੇ ਭਾਈ ਤੇਰਾ ਤਰੀਕਾ ਤਾਂ ਮੁਗਲਾਂ ਵਾਲਾ ਹੈ, ਜਨਮ ਹਿੰਦੂ ਦਾ ਲੈ ਲਿਆ, ਪੂਜਾ ਤਾਂ ਅੰਦਰ ਲੋਕੇ ਕਰਦਾ, ਅਤੇ ਨਮਾਜ਼ ਦੁਨੀਆ ਨੂੰ ਵਿਖਾ ਕੇ ਪੜ੍ਹਨਾ, ਕੁਰਾਨ ਵਿਖਾ ਕੇ ਪੜ੍ਹਨਾ ਵੀ ਆਹ ਵੇਖੋ ਜੀ ਮੈਂ ਤੁਹਾਡੇ ਧਰਮ ਦਾ ਗ੍ਰੰਥ ਪੜ੍ਹਦਾ ਪਿਆ ਵੀ ਇਹ ਮੁਗਲ ਮੇਰੇ 'ਤੇ ਖੁਸ਼ ਰਹਿਣ। ਪਾਤਸ਼ਾਹ ਕਹਿਣ ਲੱਗੇ ਸੰਜਮ ਤੁਰਕਾਂ ਭਾਈ, ਇਹ ਸੰਜਮ ਦੇ ਨਾਲ, ਇਸ ਤਰੀਕੇ ਦੇ ਨਾਲ ਭਾਈ ਤਰਿਆ ਨਹੀਂ ਹੋ ਜਾਣਾ। ਧਰਮ ਕੋਈ ਹੈ, ਕਰਮ ਕੋਈ ਹੈ, ਆਪਣੇ ਧਰਮ ਦਾ ਕਰਮ ਤਾਂ ਛੁਪਾ ਕੇ ਕਰਦਾ, ਦੂਜਿਆਂ ਦਾ ਧਰਮ ਦਾ ਕਰਮ ਵਿਖਾ ਕੇ ਕਰਦਾ। ਪਾਤਸ਼ਾਹ ਕਹਿਣ ਲੱਗੇ ਭਾਈ ਇਹ ਪਖੰਡ ਹੈ, ਦੁਨੀਆਂ ਨੂੰ ਵਿਖਾਉਂਦਾ ਕੁਝ ਹੈ, ਕਰਦਾ ਕੁਝ ਹੈ, ਇਸ ਤਰ੍ਹਾਂ ਤਰਿਆ ਨਹੀਂ ਜਾਂਦਾ ਹੈ। ਛੋਡੀ ਲੇ ਪਖੰਡਾ, ਇਸ ਕਰਕੇ ਜਿਹੜੇ ਪਖੰਡ ਕਰਦਾ ਪਿਆ ਨਾ ਦੁਨੀਆਂ ਦੇ ਸਾਹਮਣੇ, ਛੱਡਦੇ ਭਾਈ, ਇਹ ਪਖੰਡ ਨੇ ਤੈਨੂੰ ਤਾਰਨਾ ਨਹੀਂ ਹੈ, ਪਖੰਡ ਕਰਕੇ ਬੰਦਾ ਤਰਦਾ ਨਹੀਂ ਹੈ। ਜੇ ਪਖੰਡ ਕਰਕੇ ਤਰਦਾ ਹੋਵੇ ਤਾਂ ਸਾਰੇ ਤਰ ਜਾਣ। ਉਹ ਜਿਹੜਾ ਪਰਮਾਤਮਾ ਹੈ ਉਹ ਪਖੰਡ ਕਰਨ ਵਾਲੇ ਦੇ ਨਾਲ ਨਫ਼ਰਤ ਕਰਦਾ, ਪਖੰਡ ਦੀ ਉਹਦੇ ਘਰ ਵਿੱਚ ਥਾਂ ਕੋਈ ਨਹੀਂ ਹੈ। ਇਸ ਕਰਕੇ ਇਹ ਖੱਤਰੀ
ਤੂੰ ਛੱਡ ਦੇ ਪਖੰਡ ਕਰਨਾ। ਗਊ ਦਾ ਗੋਬਰ ਫੇਰ ਕੇ ਦੁਨੀਆ ਨੂੰ ਵਿਖਾਉਂਦਾ ਮੈਂ ਬੜੀ ਸੁੱਚਮਤਾ ਰੱਖਦਾ, ਪਰ ਉਸੇ ਗਊ ਦਾ ਟੈਕਸ ਮੰਗਦਾ ਪਿਆ। ਇਹਨਾਂ ਕਰਮਾਂ ਨੂੰ ਗੱਲਾਂ ਨੂੰ ਛੱਡ ਦੇਣਾ ਕਰ। ਨਾਮ ਲਏ ਜਾਹੇ ਤਰਨ ਦਾ, ਇਹ ਨਾਮ ਜਪੇਗਾ ਤੇ ਤਾਂ ਤਰਿਆ ਜਾਣਾ। ਇਹ ਕੱਲਾ ਗੋਬਰ ਦੇ ਪੋਚੇ ਨਾਲ ਤਰਿਆ ਕੋਈ ਨਹੀਂ ਜਾਣਾ। ਗਾਂ ਨੂੰ ਕੱਲਾ ਪੇੜਾ ਦੇਣ ਦੇ ਨਾਲ ਮੁਕਤ ਨਹੀਂ ਹੋਣਾ। ਕੀੜੀਆਂ ਨੂੰ ਕੇਵਲ ਸ਼ੱਕਰ ਪਾਉਣ ਦੇ ਨਾਲ ਮੁਕਤ ਨਹੀਂ ਹੋ ਜਾਣਾ। ਕੁਝ ਲੋਕ ਵੇਖਿਆ ਨਾ, ਕੀੜੀਆਂ ਦੇ ਭੌਂ 'ਤੇ ਜਾ ਕੇ ਸ਼ੱਕਰ ਪਾਉਂਦੇ, ਦਾਣੇ ਪਾਉਂਦੇ, ਗਾਂ ਨੂੰ ਪੇੜਾ ਚਾਰਦੇ, ਨਹੀਂ ਮੁਕਤ ਨਹੀਂ ਹੋਇਆ ਜਾਣਾ। ਨਾਮ ਲਿਆ, ਨਾਮ ਨੂੰ ਜਪ, ਨਾਮ ਨੂੰ ਜਪੇਗਾ ਜਾਹੇ ਤਰੰਦਾ ਤਾਂ ਤੂੰ ਸੰਸਾਰ ਤੋਂ ਤਰੇਗਾ। ਨਾਮ ਤੋਂ ਬਿਨਾਂ ਤਰਿਆ ਨਹੀਂ ਜਾਣਾ, ਇਹ ਵੱਡੀ ਗੱਲ ਹੈ। ਕਲਯੁੱਗ ਦੇ ਵਿੱਚ ਸਾਰਿਆਂ ਤੋਂ ਵੱਡੀ ਦਾਤ ਨਾਮ ਸਤਿਗੁਰਾਂ ਨੇ ਸਾਨੂੰ ਬਖਸ਼ਿਆ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਵਚਨ ਪੜ੍ਹਿਆ ਨਾ ਰਹਿ ਰਾਸ ਦੇ ਵਿੱਚ। ਕਲਯੁੱਗ ਦੇ ਵਿੱਚ ਜੇ ਸਾਰਿਆਂ ਤੋਂ ਵੱਡਾ ਕੋਈ ਪੁੰਨ ਹੈ, ਕੋਈ ਚੰਗਾ ਕਰਮ ਹੈ, ਤਾਂ ਉਹ ਇਹ ਹੈ ਵੀ ਪਰਮਾਤਮਾ ਦੇ ਗੁਣ ਗਾ ਜਿੰਨੇ ਗਾਏ ਜਾਂਦੇ, ਉਹਦੇ ਗੁਣ ਗਾ ਕੇ ਮੁਕਤੀ ਮਿਲੇਗੀ। ਮਹਾਰਾਜ ਕਹਿਣ ਲੱਗੇ, ਛੋਡੀ ਲੇ ਪਾਖੰਡਾ, ਪਖੰਡ ਛੱਡ, ਨਾਮ ਲੈ ਜਾਹੇ ਤਰਨ ਦਾ, ਨਾਮ ਜਪੇਗਾ ਤੇ ਤਾਂ ਸੰਸਾਰ ਤੋਂ ਤਰਿਆ ਜਾਂਦਾ ਹੈ। ਮਹੱਲਾ ਪਹਿਲਾ, ਮਾਨਸ ਖਾਣੇ ਕਰੇ ਨਿਵਾਜ। ਮਹਾਰਾਜ ਕਹਿਣ ਲੱਗੇ, ਮਾਨਸ ਖਾਣੇ, ਮਾਨਸ ਖਾਣੇ ਤੋਂ ਭਾਵ ਹੈ ਦੁਨੀਆ ਦਾ ਹੱਕ ਖੋਹ ਕੇ ਖਾਂਦਾ ਹੈ। ਇੱਕ ਪਾਸੇ ਤੇ ਬੇਈਮਾਨੀ ਕੀਤੀ ਹੈ, ਇੱਕ ਪਾਸੇ ਤੇ ਦੁਨੀਆ ਦਾ ਹੱਕ ਖੋਹ ਕੇ ਖਾਧਾ, ਅਤੇ ਕਰੇ ਨਿਵਾਜ, ਫਿਰ ਨਮਾਜ਼ ਪੜ੍ਹ ਕੇ ਵਿਖਾਉਂਦਾ। ਜਦੋਂ ਮੁਸਲਮਾਨ ਬੈਠਦੇ ਨਾ, ਨਮਾਜ਼ ਪੜ੍ਹਦੇ, ਅੱਲਾਹੂ ਅਕਬਰ ਕਰਦੇ, ਅਤੇ ਖੱਤਰੀ ਤੂੰ ਜਾ ਕੇ ਉਹਨਾਂ ਵਿੱਚ ਬੈਠ ਜਾਂਦਾ ਵੀ ਮੈਂ ਵੇਖੋ ਤੁਹਾਡੇ ਧਰਮ ਦੀ ਨਮਾਜ਼ ਪੜ੍ਹਨ ਆਇਆ। ਤੇਰੇ ਨਮਾਜ਼ ਪੜ੍ਹਨ ਦਾ ਕੋਈ ਫਾਇਦਾ ਨਹੀਂ, ਤੇਰੀ ਪੂਜਾ ਕਰਨ ਦਾ ਕੋਈ ਫਾਇਦਾ ਨਹੀਂ, ਠਾਕੁਰ ਨੂੰ ਮਨਾਉਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਮਾਨਸ ਖਾਣੇ ਤੂੰ ਬੰਦਿਆਂ ਦਾ ਰੱਤ ਪੀਂਦਾ ਪਿਆ ਹੈ। ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰੱਤ ਪੀਵੇ ਮਾਨਸਾ ਤਿੰਨ ਦਾ ਵਚਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਦੋਂ ਮੁਰਗੀ ਦਾ ਧੌਣ ਵੱਢੀ ਨਾ, ਮੁਰਗੀ ਦਾ ਗਲਾ ਵੱਢਿਆ ਮੁਰਗੇ ਦਾ, ਅਤੇ ਮੁਰਗੀ ਤੜਫੀ ਹੈ, ਤੜਫਣ ਕਰਕੇ ਉਹਦੇ ਸਿਰ ਵਿੱਚੋਂ ਜਿਹੜਾ ਖੂਨ ਨਿਕਲਿਆ ਧੌਣ ਦੇ ਵਿੱਚੋਂ, ਥੋੜ੍ਹਾ ਜਿਹਾ ਕਿਤੇ ਕੱਪੜੇ 'ਤੇ ਪੈ ਗਿਆ। ਉਸੇ ਵੇਲੇ ਕੱਪੜਾ ਲਾਹ ਕੇ ਸੁੱਟਿਆ, ਕਹਿਣ ਲੱਗਾ ਅਤੇ ਪਿੱਟਿਆ ਗਿਆ, ਇਹ ਤਾਂ ਭ੍ਰਸ਼ਟ ਹੋ ਗਿਆ, ਇਹਨੂੰ ਖੂਨ ਲੱਗ ਗਿਆ ਹੈ। ਬੱਕਰਾ ਵੱਢਿਆ, ਬੱਕਰਾ ਤੜਫਿਆ ਅਤੇ ਉਹਦਾ ਵੀ ਖੂਨ ਲੱਗਾ ਪਿੰਡੇ ਨੂੰ ਆ ਕੇ ਕੱਪੜੇ ਨੂੰ। ਮਹਾਰਾਜ ਕਹਿਣ ਲੱਗੇ, ਜੇ ਰੱਤ ਲੱਗਾ ਕੱਪੜੇ, ਜੇ ਰੱਤ ਲੱਗਣ ਲੱਗਣ ਕਰਕੇ ਕੱਪੜੇ ਨੂੰ ਜਾਮਾ ਹੋਏ ਪਲੀਤ, ਜਾਮਾ ਗਲ ਵਿੱਚ ਪਹਿਣਿਆ, ਬਸਤਰ ਭ੍ਰਿਸ਼ਟ ਹੋ ਗਿਆ, ਗੰਦਾ ਹੋ ਗਿਆ, ਪਲੀਤ ਹੋ ਗਿਆ, ਭੈੜਾ ਮਾੜਾ ਹੋ ਗਿਆ ਜਾਂ ਖਰਾਬ ਹੋ ਗਿਆ, ਜੋ ਰੱਤ ਪੀਵੇ ਮਾਨਸਾ, ਜਿਹੜੇ ਲੋਕ ਦੁਨੀਆ ਦੇ ਹੱਕ ਖਾਣ ਰੂਪੀ ਰੱਤ ਪੀਂਦੇ ਨੇ, ਅਤੇ ਫਿਰ ਤਿੰਨ ਕਿਉਂ ਨਿਰਮਲ ਚੀਤ, ਉਹਨਾਂ ਦਾ ਮਨ ਫਿਰ ਕਿਵੇਂ ਸੁੱਚਾ ਪਵਿੱਤਰ ਰਹਿ ਸਕਦਾ। ਖੂਨ ਦਾ ਇੱਕ ਛਿੱਟਾ ਡਿੱਗਣ ਦੇ ਨਾਲ ਤਾਂ ਕਹਿੰਦਾ ਕੱਪੜਾ ਗੰਦਾ ਹੋ ਗਿਆ, ਧੋ ਕੇ ਲਿਆਓ, ਅਤੇ ਜਿਹੜਾ ਖੂਨ ਤੇਰੇ ਅੰਦਰ ਗਿਆ ਜੀਵ ਨੂੰ ਖਾਧਾ ਪਕਾ ਕੇ, ਅਤੇ ਫਿਰ ਮਨ ਹੀ ਤੇਰਾ ਗੰਦਾ ਹੋਇਆ, ਮਨ ਵੀ ਤਾਂ ਭ੍ਰਸ਼ਟ ਹੋ ਗਿਆ। ਪਰ ਮਨੁੱਖ ਦਾ ਕਰਮ ਕਿਹੋ ਜਿਹਾ ਹੈ, ਬਾਹਰੀ ਵਿਖਾਵਾ ਤਾਂ ਬੜਾ ਕਰਦਾ, ਮੈਂ ਸੁੱਚਾ ਹਾਂ, ਮੇਰੇ ਕੱਪੜੇ ਸੁੱਚੇ ਨੇ, ਮੈਂ ਬੜੇ ਇਸ਼ਨਾਨ ਪਾਨ ਕਰਦਾ, ਪਰ ਅੰਦਰ ਇਹਦੇ ਮੈਲ ਭਰੀ ਹੋਈ ਹੈ, ਕਦੇ ਕਾਮ ਦੀ ਹੈ, ਕਦੇ ਕ੍ਰੋਧ ਦੀ ਹੈ, ਕਦੇ ਲੋਭ ਦੀ ਹੈ, ਕਦੇ ਮੋਹ ਦੀ ਹੈ, ਕਦੇ ਅਹੰਕਾਰ ਦੀ ਹੈ, ਅਤੇ ਕਦੇ ਕਿਸੇ ਦਾ ਹੱਕ ਖਾਣ ਦੀ ਹੈ, ਅਤੇ ਫਿਰ ਪਾਤਸ਼ਾਹ ਕਹਿੰਦੇ ਮਨ ਪਵਿੱਤਰ ਹੋਵੇ ਅਤੇ ਹੋਵੇ ਕਿਵੇਂ। ਮਹਾਰਾਜ ਜੀ ਫਰਮਾਉਂਦੇ ਨੇ, ਕਹਿਣ ਲੱਗੇ, ਮਾਨਸ ਖਾਣੇ ਕਰੇ ਨਿਵਾਜ, ਬਾਹਰੋਂ ਤਾਂ ਦੁਨੀਆ ਦਾ ਹੱਕ ਖਾਂਦਾ, ਮਾਨਸਾ ਲੋਕਾਂ ਦਾ ਹੱਕ ਖਾਂਦਾ, ਬੰਦਿਆਂ ਦਾ ਹੱਕ ਖਾਂਦਾ, ਗਰੀਬਾਂ ਦਾ ਹੱਕ ਖਾਂਦਾ, ਅਤੇ ਕਰੇ ਨਿਵਾਜ, ਬਾਹਰੋਂ ਨਿਮਾਜ਼ਾਂ ਕਰ ਕਰਕੇ ਵਿਖਾਉਂਦਾ। ਕਹਿੰਦੇ ਇਸ ਤਰ੍ਹਾਂ ਗੱਲ ਨਹੀਂ ਬਣਦੀ ਹੈ। ਛੁਰੀ ਵਗਾਇਨ ਤਿੰਨ ਗੱਲ ਤਾਗ, ਪਾਤਸ਼ਾਹ ਕਹਿਣ ਲੱਗੇ ਛੁਰੀ ਵਗਾਇਨ, ਛੁਰੀ ਤੋਂ ਭਾਵ ਕਲਮ ਚਲਾਉਂਦਾ ਹੈ ਦੁਨੀਆ ਦੇ ਹੱਕ ਖਾਣ ਵਾਸਤੇ। ਜੇ ਕੋਈ ਨਹੀਂ ਮੰਨਦਾ ਤਾਂ ਕਹਿਣ ਲੱਗਾ ਮੈਂ ਇਹੋ ਜਿਹਾ ਤੇਰਾ ਕੇਸ ਲਿਖਾਂਗਾ, ਇਹੋ ਜਿਹਾ ਤੇਰਾ ਗੁਨਾਹ ਲਿਖਾਂਗਾ ਖਾਤੇ ਦੇ ਵਿੱਚ, ਸਾਰੀ ਉਮਰ ਆਪਣੇ ਗੁਨਾਹ ਦੇ ਵਾਸਤੇ ਮਾਇਆ ਭਰਦਾ ਭਰਦਾ ਮਰ ਜਾਵੇਂਗਾ, ਪਰ ਗੁਨਾਹ ਨਹੀਂ ਉਹ ਮਾਫ਼ ਹੋਣਾ। ਛੁਰੀ ਵਗਾਇਨ, ਛੁਰੀ ਵਗਾਇਨ ਤੋਂ ਭਾਵ ਕਲਮ ਨੂੰ ਚਲਾਉਂਦਾ ਹੈ ਵਹੀ ਖਾਤਿਆਂ ਦੇ ਉੱਪਰ। ਅਤੇ ਤਿੰਨ ਗੱਲ ਤਾਗ, ਗਲ ਵਿੱਚ ਧਾਗਾ ਪਾਇਆ, ਗਲ ਵਿੱਚ ਜਨੇਊ ਪਾਇਆ ਵੀ ਮੈਂ ਧਾਰਮਿਕ ਹਾਂ, ਮੈਂ ਧਰਮੀ ਹਾਂ, ਫਿਰ ਜਨੇਊ ਪਾਉਣ ਦਾ ਕੀ ਫਾਇਦਾ।
ਫਿਰ ਕਾਜੀ ਬਣਦਾ ਕੀ ਫਾਇਦਾ, ਫਿਰ ਗਿਆਨੀ ਬਣਦਾ ਕੀ ਫਾਇਦਾ ਹੈ। ਗਲ ਵਿੱਚ ਤੇ ਧਾਗਾ ਪਾਇਆ, ਗਲ ਵਿੱਚ ਜਨੇਊ ਪਾਇਆ, ਬਾਹਰੋਂ ਤੇ ਧਾਰਮਿਕ ਬਣਿਆ, ਵਿਖਾਉਂਦਾ ਪਿਆ ਵੀ ਆਹ ਵੇਖੋ ਧਾਰਮਿਕ ਹਾਂ। ਪਰ ਪਾਤਸ਼ਾਹ ਕਹਿਣ ਲੱਗੇ, ਸ਼ੁਰੀਵ ਗਾਇਣ ਦੁਨੀਆ ਦਾ ਜਦੋਂ ਹੱਕ ਖਾਣਾ ਉਦੋਂ ਤੇਰੀ ਬੜੀ ਕਲਮ ਚੱਲਦੀ ਹੈ, ਬੜੇ ਕੇਸ ਬਣਾ ਦਿੰਦਾ, ਬੜੇ ਦੁੱਖ ਦਿੰਦਾ ਦੁਨੀਆ ਨੂੰ ਉਸ ਵੇਲੇ। ਅਤੇ ਪਾਤਸ਼ਾਹ ਕਹਿੰਦੇ, ਫਿਰ ਭਲਾ ਕਿਵੇਂ ਹੋਵੇ, ਨਹੀਂ ਹੋ ਸਕਦਾ, ਨਹੀਂ ਹੋਵੇਗਾ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ, ਛੁਰੀ ਵਗਾਇਣ, ਛੁਰੀ ਵਗਾਇਣ ਤੋਂ ਭਾਵ ਹੈ ਜਿਹੜੇ ਮੁਸਲਮਾਨ ਨੇ ਨਾ ਜਦੋਂ ਕਿਸੇ ਬੱਕਰੇ ਨੂੰ ਮਾਰਦੇ ਨੇ ਅਤੇ ਉਹ ਛੁਰੀ ਦੇ ਨਾਲ ਹਲਾਲ ਕਰਦੇ ਨੇ, ਹੌਲੀ ਹੌਲੀ ਨਾਲੇ ਕਲਮਾ ਪੜ੍ਹਦੇ ਨਾਲੇ ਛੁਰੀ ਚਲਾਉਂਦੇ ਉਹਦੀ ਧੌਣ ਦੇ ਉੱਪਰ, ਤੜਫਾ ਤੜਫਾ ਕੇ ਜੀਵ ਨੂੰ ਮਾਰਿਆ ਜਾਂਦਾ। ਕਹਿੰਦੇ ਵੀ ਇਹ ਕਲਮਾ ਪੜ੍ਹ ਕੇ ਬਣਾਇਆ ਹੋਇਆ ਮਾਸ ਅਤੇ ਮੁਸਲਮਾਨ ਉਹਨੂੰ ਖਾਂਦਾ। ਪਾਤਸ਼ਾਹ ਕਹਿਣ ਲੱਗੇ, ਛੁਰੀ ਵਗਾਇਣ, ਛੁਰੀ 'ਤੇ ਚਲਾਉਂਦਾ ਹੈ ਗਰਦਨਾਂ ਦੇ ਉੱਪਰ, ਅਤੇ ਬਾਹਰੋਂ ਬਣਿਆ ਹੋਇਆ ਧਾਰਮਿਕ ਵੀ ਮੈਂ ਖੁਦਾ ਦਾ ਬੜਾ, ਅੱਲਾਹ ਦਾ ਬੜਾ ਪਿਆਰਾ। ਕਹਿੰਦੇ ਨਹੀਂ, ਇਸ ਤਰ੍ਹਾਂ ਪ੍ਰਾਪਤੀ ਕੋਈ ਨਹੀਂ ਹੈ। ਮੁਸਲਮਾਨ ਨੇ ਹੱਥ ਵਿੱਚ ਛੁਰੀ ਲੈ ਕੇ ਜੀਵ ਨੂੰ ਕੋਇਆ ਹੈ, ਹਿੰਦੂ ਨੇ ਹੱਥ ਵਿੱਚ ਕਲਮ ਲੈ ਕੇ ਦੁਨੀਆ ਦਾ ਜਿਹੜਾ ਹੈ ਲੇਖਾ ਜੋਖਾ ਵਿਗਾੜ ਕੇ, ਵਹੀ ਖਾਤਾ ਵਿਗਾੜ ਕੇ ਦੁਨੀਆ ਦੇ ਕੋਲੋਂ ਹੱਕ ਮੰਗਿਆ ਵੀ ਇੰਨੇ ਪੈਸੇ ਰੱਖੇਗਾ ਅਤੇ ਤੈਨੂੰ ਮੈਂ ਇਸ ਕੇਸ ਵਿੱਚੋਂ ਮੁਕਤ ਕਰਾਂਗਾ, ਨਹੀਂ ਵੱਢੀ ਦੇਵੇਂਗਾ ਅਤੇ ਤੈਨੂੰ ਪਸਾ ਦੇਵਾਂਗਾ। ਪਾਤਸ਼ਾਹ ਕਹਿਣ ਲੱਗੇ, ਛੁਰੀ ਵਗਾਇਣ, ਤਿੰਨ ਗੱਲ ਤਾਗ, ਗਲ ਵਿੱਚ ਧਾਗਾ ਪਾ ਲਿਆ, ਜਨੇਊ ਦਾ ਕੀ ਹੋਇਆ, ਪਰ ਦੁਨੀਆ ਦੇ ਹੱਕ 'ਤੇ ਖਾਂਦਾ ਪਿਆ। ਅਤੇ ਅੱਜ ਵੀ ਤਾਂ ਇਸੇ ਤਰ੍ਹਾਂ ਹੀ ਹੈ ਨਾ, ਆਪਾਂ ਸੜਕ 'ਤੇ ਚੱਲਦੇ ਹਾਂ, ਜਾਂਦੇ ਹਾਂ, ਆਉਂਦੇ ਹਾਂ, ਅਤੇ ਸਾਨੂੰ ਜਿਹੜੇ ਧਰਮ ਦੇ ਠੇਕੇਦਾਰ ਨੂੰ ਡਰਾਵਾ ਦਿੰਦੇ ਨਾ ਵੀ ਇੰਨੇ ਪੈਸੇ ਦੇ ਕੇ ਜਾਵੇਂਗਾ ਅਤੇ ਲੰਘਣ ਦੇਵਾਂਗੇ, ਨਹੀਂ ਤਾਂ ਚਲਾਨ ਕਰਦੇ ਹਾਂ। ਅਤੇ ਇਹ ਵੀ ਤਾਂ ਉਹਨਾਂ ਵਰਗਾ ਹੀ ਨਾ ਜਿਹੜਾ ਉਹ ਬ੍ਰਾਹਮਣ ਖਲੋਤਾ ਹੋਇਆ ਨਦੀ ਦੇ ਪੁੱਲ ਦੇ ਉੱਪਰ। ਪਾਤਸ਼ਾਹ ਕਹਿਣ ਲੱਗੇ, ਭਾਈ ਦੂਜੇ ਦਾ ਹੱਕ ਖਾਣਾ, ਡਰਾ ਕੇ, ਧਮਕਾ ਕੇ, ਕਿਸੇ ਨੂੰ ਦੁਖੀ ਕਰਕੇ, ਇਸ ਤਰ੍ਹਾਂ ਨਾ ਮੁਕਤੀ ਮਿਲਦੀ ਹੈ ਨਾ ਮਨ ਪਵਿੱਤਰ ਹੁੰਦਾ ਹੈ। ਤਿੰਨ ਕਰ ਬ੍ਰਾਹਮਣ ਪੂਰਹਿ ਨਾਦ। ਪਾਤਸ਼ਾਹ ਕਹਿਣ ਲੱਗੇ, ਇਹੋ ਜਿਹਾ ਬੇਈਮਾਨ ਬੰਦਾ ਬੇਈਮਾਨੀ ਕਰ ਕਰਕੇ ਮਾਇਆ ਇਕੱਠੀ ਕਰਦਾ, ਫਿਰ ਜਦੋਂ ਮਾਇਆ ਇਕੱਠੀ ਹੋ ਜਾਂਦੀ ਹੈ ਤਾਂ ਕਹਿੰਦਾ ਵੀ ਬ੍ਰਹਮ ਭੋਜ ਕਰੀਏ, ਲੰਗਰ ਲਾਈਏ ਅਤੇ ਲੰਗਰ ਲਾ ਕੇ ਖਵਾਈਏ। ਕਿਸੇ ਨੇ ਪੁੱਛਿਆ ਲੰਗਰ ਕਿਹਦਾ ਕਰਨਾ, ਉਹ ਖੱਤਰੀ ਕਹਿਣ ਲੱਗਾ, ਲੰਗਰ ਕਰਾਂਗਾ ਬ੍ਰਾਹਮਣਾਂ ਦਾ, ਬ੍ਰਾਹਮਣਾਂ ਨੂੰ ਸੱਦਾਂਗਾ ਘਰ ਵਿੱਚ, ਬ੍ਰਹਮ ਭੋਜ ਕਰਾਂਗਾ। ਹੁਣ ਉਹੀ ਖੱਤਰੀ ਹੈ ਜਿਹੜਾ ਬ੍ਰਾਹਮਣ ਨੂੰ ਪੁੱਲ ਤੋਂ ਪਾਰ ਹੋਣ ਵਾਸਤੇ ਕਹਿੰਦਾ ਵੀ ਚਾਰ ਟਕੇ ਚਾਰ ਆਨੇ ਰੱਖੇਗਾ ਅਤੇ ਪਾਰ ਹੋਣ ਦੇਣਾ। ਦੁਨੀਆ ਦਾ ਹੱਕ ਖਾ ਕੇ ਜਦੋਂ ਘਰ ਵਿੱਚ ਬ੍ਰਾਹਮਣ ਬ੍ਰਹਮ ਭੋਜ ਕੀਤਾ ਅਤੇ ਫਿਰ ਘਰ ਵਿੱਚ ਬ੍ਰਾਹਮਣ ਹੀ ਸੱਦਣੇ ਪਏ, ਅਤੇ ਉਹ ਬ੍ਰਾਹਮਣ ਵੀ ਇਹੋ ਜਿਹਾ ਘਰ ਵਿੱਚ ਆਏ, ਮਹਾਰਾਜ ਕਹਿਣ ਲੱਗੇ ਉਹਨਾਂ ਦੇ ਦਰਵਾਜ਼ੇ 'ਤੇ ਆ ਕੇ ਫਿਰ ਸ਼ੰਖ ਵਜਾਉਂਦੇ ਨੇ। ਬ੍ਰਾਹਮਣ ਨੇ ਆ ਕੇ ਸ਼ੰਖ ਵਜਾਇਆ, ਦੱਸਿਆ ਇਲਾਕੇ ਨੂੰ ਵੀ ਅਸੀਂ ਆਏ ਹਾਂ ਇਸ ਖੱਤਰੀ ਦੇ ਘਰ ਵਿੱਚ ਭੋਜਨ ਛਕਣ ਵਾਸਤੇ। ਤਿੰਨ ਘਰ ਉਹਨਾਂ ਦੇ ਘਰ ਵਿੱਚ ਆ ਕੇ ਪੂਰਹਿ ਨਾਦ, ਬ੍ਰਾਹਮਣ ਆ ਕੇ ਫਿਰ ਨਾਦ ਕਹਿੰਦੇ ਆਵਾਜ਼ ਕਰਦਾ, ਸ਼ੰਖ ਵਜਾਉਂਦਾ ਹੈ। ਅਤੇ ਜਿਸ ਖੱਤਰੀ ਨੇ ਬੇਈਮਾਨੀ ਇਕੱਠਾ ਕਰਕੇ ਧਨ ਕੀਤਾ ਉਹ ਆਪ ਵੀ ਭ੍ਰਸ਼ਟ ਹੋ ਗਿਆ, ਅਤੇ ਜਿਹੜਾ ਉਸਦਾ ਬੇਈਮਾਨੀ ਵਾਲਾ ਧਨ ਖਾਧਾ ਉਹ ਖਾਣ ਵਾਲਾ ਵੀ ਭ੍ਰਸ਼ਟ ਹੋ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਮਲਕ ਭਾਗੋ ਦਾ ਇਤਿਹਾਸ ਆਪਾਂ ਪੜ੍ਹਦੇ ਹਾਂ ਨਾ, ਮਲਕ ਭਾਗੋ ਕਹਿਣ ਲੱਗਾ ਮਹਾਰਾਜ ਮੇਰੇ ਘਰ ਦਾ ਭੋਜਨ ਛਕੋ ਆ ਕੇ। ਅਤੇ ਸਤਿਗੁਰਾਂ ਤੋਂ ਪਹਿਲਾਂ ਬੜੇ ਬੜੇ ਸੰਨਿਆਸੀ ਯੋਗੀ ਜੰਗਮ ਜਿਹੜੇ ਸਨ ਮਲਕ ਭਾਗੋ ਦੇ ਘਰ ਪਹੁੰਚ ਕੇ ਛਕਦੇ ਪਏ ਸਨ ਭੋਜਨ, ਬੜੇ ਬੜੇ ਬ੍ਰਾਹਮਣ ਜਿਹੜੇ ਸਨ ਉਹ ਵੀ ਬੈਠੇ ਹੋਏ ਨੇ। ਮਹਾਰਾਜ ਨੇ ਜਵਾਬ ਦਿੱਤਾ ਕਹਿੰਦੇ ਨਹੀਂ ਛਕਾਂਗੇ। ਜਦੋਂ ਇਹ ਜਵਾਬ ਸੁਣਿਆ ਗੁੱਸਾ ਆ ਗਿਆ ਮਨ ਵਿੱਚ ਵੀ ਮੈਂ ਐਡਾ ਵੱਡਾ ਸ਼ਾਹੂਕਾਰ, ਮੈਨੂੰ ਜਵਾਬ ਦਿੱਤਾ, ਮੇਰਾ ਨਿਰਾਦਰ ਹੋਇਆ। ਆਪਣੇ ਸਿਪਾਹੀ ਭੇਜੇ ਬਦੋ ਬਦੀ, ਜ਼ਬਰਦਸਤੀ ਮਹਾਰਾਜ ਨੂੰ ਘਰ ਲੈ ਗਿਆ ਅਤੇ ਕਹਿਣ ਲੱਗਾ ਜੀ ਭੋਜਨ ਛਕਣ ਨਹੀਂ ਆਏ। ਮਹਾਰਾਜ ਕਹਿਣ ਲੱਗੇ ਤੇਰੀ ਪਾਪ ਦੀ ਕਮਾਈ ਦਾ ਭੋਜਨ ਹੈ, ਤੈਨੂੰ ਤਾਂ ਪਾਪ ਲੱਗਣਾ ਕਿਉਂਕਿ ਤੂੰ ਪਾਪ ਕੀਤਾ, ਪਰ ਜੇ ਅਸੀਂ ਤੇਰਾ ਦਿੱਤਾ ਖਾਵਾਂਗੇ ਤਾਂ ਸਾਨੂੰ ਵੀ ਤਾਂ ਲੱਗੇਗਾ ਨਾ, ਲੇਖਾ ਤਾਂ ਸਾਨੂੰ ਵੀ ਤਾਂ ਦੇਣਾ ਪਵੇਗਾ ਨਾ, ਇਸ ਕਰਕੇ ਤੇਰਾ ਪਾਪ ਦਾ ਭੋਜਨ ਅਸੀਂ ਨਹੀਂ ਉਹ ਛਕ ਸਕਦੇ। ਹੁਣ ਸੱਚੀ ਗੱਲ ਬੜੀ ਕੌੜੀ ਲੱਗਦੀ ਹੈ, ਝੂਠੀ ਗੱਲ ਬੜੀ ਮਿੱਠੀ ਲੱਗਦੀ ਹੈ। ਕਹਿਣ ਲੱਗਾ ਮੇਰੇ 'ਤੇ ਇਲਜ਼ਾਮ ਲਾਇਆ ਗਿਆ, ਮੈਂ ਤਾਂ ਕਰਦਾ ਹੀ ਕੁਝ ਨਹੀਂ। ਕਦੇ ਬੇਈਮਾਨ ਨੇ ਆਖਿਆ ਵੀ ਮੈਂ ਬੇਈਮਾਨੀ ਕਰਦਾ, ਕਦੇ ਧੋਖਾ ਕਰਨ ਵਾਲੇ ਨੇ, ਕਬਜ਼ਾ ਕਰਨ ਵਾਲੇ ਨੇ, ਦੁਨੀਆ ਨੂੰ ਲੁੱਟਣ ਵਾਲੇ ਨੇ, ਕਦੇ ਇਹ ਗੱਲ ਕਬੂਲ ਨਹੀਂ ਕੀਤੀ ਹੈ ਵੀ ਮੈਂ ਇਹ ਕਰਦਾ ਹਾਂ। ਦੁਨੀਆ ਵਿੱਚ ਵਿਖਾਵੇਗਾ ਅੱਛਾ ਬਣ ਕੇ, ਚੰਗਾ ਬਣ ਕੇ, ਸੋਹਣਾ ਬਣ ਕੇ। ਕਹਿਣ ਲੱਗਾ ਮੇਰੀ ਤੌਹੀਨ ਹੋਈ ਹੈ, ਸਾਰੇ ਸ਼ਹਿਰ ਦੇ ਪਤਵੰਤੇ ਬੈਠੇ ਨੇ, ਤੁਸੀਂ ਮੈਨੂੰ ਬੇਈਮਾਨ ਔਰ ਠੱਗ ਦੱਸਿਆ, ਫਿਰ ਵਿਖਾਓ ਵੀ ਮੈਂ ਬੇਈਮਾਨ ਕਿਵੇਂ ਆ, ਠੱਗ ਕਿਵੇਂ ਆ। ਅਤੇ ਪਾਤਸ਼ਾਹ ਫਿਰ ਗੁਰੂ ਨਾਨਕ ਸਾਹਿਬ ਨੂੰ ਮਲਕ ਭਾਗੋ ਨੂੰ ਵਿਖਾਉਣਾ ਪਿਆ ਵੀ ਆਹ ਤੇਰੀ ਪਾਪ ਦੀ ਕਮਾਈ ਹੈ। ਮਹਾਰਾਜ ਕਹਿਣ ਲੱਗੇ ਤਿੰਨ ਘਰ ਬ੍ਰਾਹਮਣ ਪੂਰਾ ਨਾਦ,
ਨਾਦ ਜਾ ਕੇ ਸ਼ੰਖ ਵਜਾਉਂਦੇ ਨੇ, ਆਵਾਜ਼ ਦਿੰਦੇ ਨੇ, ਰਾਮ ਰਾਮ ਕਹਿੰਦੇ ਨੇ ਵੀ ਅਸੀਂ ਭੋਜਨ ਛਕਣ ਆਏ ਹਾਂ, ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਹੈ। ਉਹਨਾਂ ਪਿਆ ਵਹਿ ਹੋਈ ਸਾਦ, ਉਹਨਾਂ ਬ੍ਰਾਹਮਣਾਂ ਨੂੰ ਉਹੀ ਸਵਾਦ ਆਉਣਾ ਹੈ, ਜਿਹੜਾ ਸਵਾਦ ਉਹਨੂੰ ਪਾਪ ਦੀ ਕਮਾਈ ਦਾ ਕਰਨ ਵਾਲੇ ਨੂੰ ਆਉਣਾ, ਉਹੀ ਉਹ ਪਾਪ ਦੀ ਕਮਾਈ ਨੂੰ ਖਾਣ ਵਾਲੇ ਨੂੰ ਆਉਣਾ ਹੈ। ਜੇ ਖੱਤਰੀ ਨੇ ਪਾਪ ਕੀਤਾ ਸਜ਼ਾ ਉਹਨੂੰ ਵੀ ਮਿਲਣੀ ਹੈ, ਜਿਹਨੇ ਭੋਜਨ ਛਕਿਆ ਸਜ਼ਾ ਉਹਨੂੰ ਵੀ ਮਿਲੇਗੀ। ਜੇ ਕਿਉਂਕਿ ਸਿਆਣੇ ਕਹਿੰਦੇ ਨੇ ਜਿਹੋ ਜਿਹਾ ਅੰਨ ਉਹੋ ਜਿਹਾ ਮਨ, ਜਿਹੋ ਜਿਹਾ ਅੰਨ ਹੁੰਦਾ ਨਾ ਬੰਦਾ ਅੰਨ ਖਾਂਦਾ, ਮਨ ਉਸੇ ਤਰ੍ਹਾਂ ਦਾ ਹੀ ਹੁੰਦਾ ਹੈ। ਜੇ ਅਸੀਂ ਪ੍ਰਸ਼ਾਦਾ ਬਣਾਉਣ ਵੇਲੇ, ਆਟਾ ਗੁੰਨਣ ਵੇਲੇ ਜੇ ਜਪਜੀ ਸਾਹਿਬ ਦਾ ਪਾਠ ਕਰਦੇ ਪਏ ਹਾਂ, ਪ੍ਰਸ਼ਾਦਾ ਬਣਾਉਣ ਵੇਲੇ ਜੇ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਪਏ ਹਾਂ, ਜਾਂ ਮੇਰੀ ਰਸੋਈ ਦੇ ਵਿੱਚ ਕੀਰਤਨ ਲੱਗਾ ਹੋਇਆ ਹੈ, ਜਾਂ ਗੁਰਬਾਣੀ ਦਾ ਪਾਠ ਲੱਗਾ ਹੋਇਆ, ਅਤੇ ਉਹ ਅੰਨ ਤਿਆਰ ਹੁੰਦਾ ਪਿਆ, ਉਹ ਅੰਨ ਨੂੰ ਛਕਣ ਵਾਲਾ ਵੀ ਗੁਰਬਾਣੀ ਵੱਲ ਖਿੱਚਿਆ ਜਾਵੇਗਾ, ਗੁਰਬਾਣੀ ਪੜ੍ਹੇਗਾ, ਗੁਰਬਾਣੀ ਸੁਣੇਗਾ। ਅਤੇ ਜੇ ਉਸ ਅੰਨ ਨੂੰ ਬਣਾਉਂਦਿਆਂ ਹੋਇਆਂ ਸਾਹਮਣੇ ਟੈਲੀਵਿਜ਼ਨ ਲੱਗਾ ਹੋਇਆ ਹੈ, ਉਹਦੇ 'ਤੇ ਗਾਣੇ ਚੱਲਦੇ ਪਏ, ਗੀਤ ਚੱਲਦੇ ਪਏ, ਨਾਚ ਚੱਲਦੇ ਪਏ, ਉਹ ਵੇਖਿਆ ਜਾ ਰਿਹਾ, ਬਣਾਇਆ ਜਾ ਰਿਹਾ, ਅਤੇ ਉਹ ਛਕਣ ਵਾਲੇ ਦਾ ਮਨ ਵੀ ਉੱਧਰ ਹੀ ਖਿੱਚਿਆ ਜਾਏਗਾ, ਉਹੋ ਜਿਹਾ ਹੀ ਬਣ ਜਾਏਗਾ। ਕਿਉਂਕਿ ਜਿਹੋ ਜਿਹਾ ਅੰਨ ਕੋਈ ਖਾਂਦਾ ਹੈ ਉਹੋ ਜਿਹਾ ਉਹਦਾ ਮਨ ਹੋ ਜਾਂਦਾ ਹੈ, ਮਨ ਉੱਧਰ ਨੂੰ ਖਿੱਚਿਆ ਜਾਂਦਾ। ਆਪਾਂ ਇਤਿਹਾਸ ਵਿੱਚ ਬਚਨ ਪੜ੍ਹਦੇ ਹਾਂ ਕਿ ਬਾਬਾ ਰਾਮ ਰਾਏ ਜੀਆਂ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਜਿਹੜਾ ਜਲ ਤਿਆਰ ਕੀਤਾ ਸੀ, ਉਹਦੇ ਨਾਲ ਕਹਿਣ ਲੱਗੇ ਵੀ ਬਾਦਸ਼ਾਹ ਬਹਾਦਰ ਸ਼ਾਹ ਦਾ ਜਨਮ ਹੋਇਆ, ਅਤੇ ਇਹੋ ਜਿਹਾ ਗੁਰਬਾਣੀ ਨੇ ਖਿੱਚਿਆ ਵੀ ਬਹਾਦਰ ਸ਼ਾਹ ਦਸਵੇਂ ਪਾਤਸ਼ਾਹ ਦੀ ਸ਼ਰਨ ਵਿੱਚ ਰਿਹਾ ਜਿੰਨਾ ਚਿਰ ਰਿਹਾ। ਇਹ ਇੱਕ ਉਦਾਹਰਣ ਹੈ ਸਮਝਣ ਵਾਸਤੇ ਵੀ ਜਿਹੋ ਜਿਹਾ ਅੰਨ ਬਣਾਵੇਗਾ ਨਾ, ਬਾਣੀ ਪੜ੍ਹ ਕੇ ਬਣਾਵੇਗਾ, ਅਤੇ ਖਾਣ ਵਾਲਾ ਬਾਣੀ ਵਾਲੇ ਪਾਸੇ ਖਿੱਚਿਆ ਜਾਏਗਾ। ਗਾਲਾਂ ਕੱਢਦਿਆਂ, ਲੜਾਈ ਝਗੜਾ ਕਰਦਿਆਂ, ਮਾੜਾ ਬੋਲਦਿਆਂ, ਮਾੜਾ ਸੁਣਦਿਆਂ ਬਣਾਏਗਾ, ਅਤੇ ਤੇਰਾ ਉੱਧਰ ਨੂੰ ਮਨ ਖਿੱਚਿਆ ਜਾਵੇਗਾ। ਪਰ ਅੱਜ ਸਾਡੀ ਕੈਸੀ ਹਾਲਤ ਹੈ, ਸਾਡੀ ਹਾਲਤ ਇਹ ਬਣ ਗਈ ਹੈ, ਅਸੀਂ ਰਸੋਈ ਵਿੱਚ ਆਪ ਜਾਣਾ ਪਸੰਦ ਨਹੀਂ ਕਰਦੇ, ਰਸੋਈ ਨੂੰ ਸਾਫ਼ ਕਰਨਾ ਨੌਕਰ ਨੇ ਆ ਕੇ, ਰਸੋਈ ਦੇ ਵਿੱਚ ਭੋਜਨ ਬਣਾਉਣਾ ਨੇਪਾਲੀ ਨੇ ਆ ਕੇ, ਅਤੇ ਫਿਰ ਜਿਹੋ ਜਿਹਾ ਨਸ਼ੇ ਪੱਤੇ ਉਹ ਕਰਦਾ, ਜਿਹੋ ਜਿਹੀਆਂ ਉਹਦੀਆਂ ਆਦਤਾਂ, ਅਤੇ ਖਾਣ ਵਾਲੇ ਸਾਡੇ ਬੱਚੇ ਵੀ ਤਾਂ ਫਿਰ ਨੇਪਾਲੀ ਬਣਨਗੇ ਨਾ, ਉਹੋ ਜਿਹੇ ਹੀ ਹੋਣਗੇ ਨਾ, ਉਹ ਸਿੱਖ ਧਰਮ ਦੇ ਵਿੱਚ ਥੋੜ੍ਹੀ ਆਉਣਗੇ, ਸਿੱਖੀ ਨੂੰ ਥੋੜ੍ਹੀ ਧਾਰਨ ਕਰਨਗੇ, ਜਿਹੋ ਜਿਹਾ ਬਣਾਉਣ ਵਾਲਾ ਉਹੋ ਜਿਹਾ ਖਾਣ ਵਾਲਾ, ਅਤੇ ਖਾਣ ਵਾਲੇ ਦਾ ਮਨ ਵੀ ਤਾਂ ਫਿਰ ਉੱਧਰ ਨੂੰ ਹੀ ਖਿੱਚਿਆ ਜਾਏਗਾ ਨਾ। ਇਹ ਸਾਡੀ ਹਾਲਤ ਹੈ, ਮਾਇਆ ਤਾਂ ਸਾਡੇ ਕੋਲ ਆ ਗਈ ਹੈ, ਪਰ ਮਾਇਆ ਨੇ ਸਾਨੂੰ ਕਮਲੇ ਕਰ ਦਿੱਤਾ, ਸ਼ੁਦਾਈ ਹੋ ਗਿਆ ਮਾਇਆ ਵਿੱਚ ਰਹਿ ਕੇ। ਜੇ ਅਸੀਂ ਭੋਜਨ ਹੀ ਆਪਣਾ ਆਪਣੇ ਹੱਥਾਂ ਦੇ ਨਾਲ ਸੁੱਚਮਤਾਈ ਦੇ ਨਾਲ ਦੋ ਪ੍ਰਸ਼ਾਦੇ ਲਾ ਕੇ ਨਹੀਂ ਛੱਕ ਸਕਦੇ ਤਾਂ ਕੀ ਕਰਾਂਗੇ ਜ਼ਿੰਦਗੀ ਦੇ ਵਿੱਚ। ਵਿਹਲਾ ਹੋਣ ਦੇ ਨਾਲ ਸਰੀਰ ਬਿਮਾਰੀਆਂ ਦਾ ਘਰ ਬਣ ਗਿਆ, ਡਾਕਟਰਾਂ ਦੇ ਘਰ ਭਰ ਦਿੱਤੇ, ਦਵਾਈਆਂ ਬੂਟੀਆਂ ਲੈ ਕੇ ਜੇ ਕੰਮ ਕਰਦੇ ਤਾਂ ਸਰੀਰ ਚੱਲਦਾ ਅਤੇ ਰਹਿੰਦਾ, ਬਿਮਾਰੀ ਤੋਂ ਬਚੇ ਰਹਿੰਦੇ, ਸੁੱਚਾ ਅਤੇ ਸਾਫ਼ ਭੋਜਨ ਖਾਂਦੇ, ਆਪ ਵੀ ਬਿਮਾਰੀ ਤੋਂ ਬਚਦੇ, ਆਪ ਗੁਰਬਾਣੀ ਪੜ੍ਹਦੇ, ਅਤੇ ਸਾਡੇ ਬੱਚੇ ਉਸ ਭੋਜਨ ਨੂੰ ਛਕਦੇ, ਅਤੇ ਗੁਰਬਾਣੀ ਦੇ ਨਾਲ ਜਾਂ ਧਰਮ ਦੇ ਨਾਲ ਜੁੜਦੇ। ਪਰ ਅਸੀਂ ਤਾਂ ਮੂਲ ਮੁੱਦਾ ਹੀ ਖਤਮ ਕਰ ਦਿੱਤਾ ਹੈ, ਗੱਲ ਸੱਚੀ ਹੈ, ਪਰ ਕੌੜੀ ਲੱਗ ਜਾਂਦੀ ਹੈ ਕਿ ਸਾਡੀ ਹਾਲਤ ਇਹੋ ਜਿਹੀ ਹੈ, ਅਸੀਂ ਆਪਣਾ ਭੋਜਨ ਆਪ ਤਿਆਰ ਕਰਕੇ ਨਹੀਂ ਛਕਦੇ, ਅਤੇ ਜਾਂ ਫਿਰ ਅਸੀਂ ਬਣਿਆ ਬਣਾਇਆ ਬਾਹਰੋਂ ਮੰਗਾਈ ਦਾ ਵੀ ਬਾਹਰੋਂ ਆ ਜਾਵੇ, ਜਿਹੜਾ ਬਾਹਰੋਂ ਆਉਂਦਾ ਉੱਥੇ ਵੀ ਬਣਾਉਣ ਵਾਲੇ ਉਹੀ ਨੇ, ਐਸੀ ਹਾਲਤ ਹੈ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ, ਉਹਨਾਂ ਭੇ ਆਵੇ ਉਹੀ ਸਾਦ, ਜਿਹੋ ਜਿਹਾ ਬਣਾਉਣ ਵਾਲਾ ਉਹੋ ਜਿਹਾ ਹੀ ਖਾਣ ਵਾਲਾ ਹੋਵੇਗਾ, ਉਸ ਭੋਜਨ ਦਾ ਸਵਾਦ ਵੀ ਉਹੋ ਜਿਹਾ ਹੈ, ਉਸ ਭੋਜਨ ਦੇ ਗੁਣ ਵੀ ਉਹੋ ਜਿਹੇ ਨੇ, ਬੰਦਾ ਖਿੱਚਿਆ ਜਾਵੇਗਾ ਉਸ ਪਾਸੇ। ਇਹ ਬਚਨ ਕਿਸੇ ਬੰਦੇ ਦਾ ਨਹੀਂ, ਇਹ ਬਚਨ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਹੈ। ਆਪਾਂ ਆਸਾ ਦੀ ਵਾਰ ਬਾਣੀ ਸੁਣਦੇ ਪਏ, ਉਹਦੇ ਵਿੱਚ ਬਚਨ ਮਹਾਰਾਜ ਲਿਖਦੇ ਨੇ ਵੀ ਜਿਹੋ ਜਿਹਾ ਅੰਨ ਹੁੰਦਾ ਹੈ ਉਹੋ ਜਿਹਾ ਬੰਦੇ ਦਾ ਮਨ ਹੋ ਜਾਂਦਾ ਹੈ। ਕੋੜੀ ਰਾਸ ਕੋੜਾ ਵਪਾਰ, ਅੰਨਾ ਰੂਪੀ ਜਿਹੜੀ ਰਾਸ ਉਹ ਤੁਹਾਡੀ ਖੋਟੀ ਹੈ, ਅਤੇ ਵਪਾਰ ਵੀ ਤੁਹਾਡਾ ਖੋਟਾ ਹੈ, ਵਪਾਰ ਵੀ ਠੀਕ ਨਹੀਂ ਹੈ। ਕੂੜ ਬੋਲ ਕਰੇ ਆਹਾਰ, ਕੂੜ ਕਹਿੰਦੇ ਝੂਠ ਬੋਲ ਕੇ ਭੋਜਨ ਛਕਦੇ ਹੋ, ਝੂਠ ਬੋਲਦੇ ਹੋ, ਬੜੀ ਵੱਡੀ ਗੱਪ ਬੋਲਦੇ ਹੋ ਦੁਨੀਆਂ ਨੂੰ ਠੱਗਣ ਵਾਸਤੇ, ਉਸ ਠੱਗੀ ਹੋਈ ਮਾਇਆ ਦੇ ਨਾਲ ਤੇਰੇ ਘਰ ਵਿੱਚ ਭੋਜਨ ਬਣਦਾ, ਉਸ ਝੂਠ ਦੀ ਮਾਇਆ ਦੇ ਨਾਲ ਬਣਿਆ ਹੋਇਆ ਝੂਠਾ ਭੋਜਨ ਖਾ ਕੇ ਅਤੇ ਪੇਟ ਭਰਦਾ ਹੈ। ਮਹਾਰਾਜ ਕਹਿਣ ਲੱਗੇ ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸੱਥ ਹੈ, ਨਾਨਕ ਐਸਾ ਆਗੂ ਜਾਪੈ। ਸੋ ਕਲਯੁੱਗ ਦਾ ਕਿਹੋ ਜਿਹਾ ਵਰਤਾਰਾ ਹੋਵੇਗਾ ਵੀ ਝੂਠ ਬੋਲ ਕੇ ਖਾਣਾ ਮੁਰਦਾ ਖਾਣ ਦੇ ਬਰਾਬਰ ਹੈ।
ਤਾਂ ਹੀ ਦਸਵੇਂ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਛਕਾਉਣ ਵੇਲੇ ਆਖਿਆ ਮੇਰਾ ਸਿੱਖ ਝੂਠ ਨਹੀਂ ਬੋਲੇਗਾ, ਬੋਲੇਗਾ ਅਤੇ ਸੱਚ ਬੋਲੇਗਾ। ਝੂਠ ਨੂੰ ਧਰਮ ਦੇ ਵਿੱਚੋਂ ਬਾਹਰ ਕੱਢਿਆ ਦਸਵੇਂ ਪਾਤਸ਼ਾਹ ਨੇ। ਮਹਾਰਾਜ ਕਹਿੰਦੇ ਝੂਠ ਬੋਲ ਕੇ ਖਾਧਾ ਮੁਰਦਾ ਖਾਣ ਦੇ ਤੁੱਲ ਹੈ। ਅਵਰੀ ਨੂੰ ਸਮਝਾਵਣ ਜਾਏ, ਦੂਜਿਆਂ ਨੂੰ ਜਾ ਕੇ ਸਮਝਾਉਂਦਾ, ਪ੍ਰਚਾਰ ਕਰਦਾ ਵੀ ਇਸ ਤਰ੍ਹਾਂ ਨਹੀਂ ਅਤੇ ਇਸ ਤਰ੍ਹਾਂ ਹੋਣਾ ਚਾਹੀਦਾ। ਮੁੱਠਾ ਆਪ ਮੁਹਾਏ ਸੱਥ ਹੈ, ਆਪ ਵੀ ਲੁੱਟਿਆ ਗਿਆ, ਆਪਣਾ ਸਾਥ ਵੀ ਜਿਹੜਾ ਮਗਰ ਲਾ ਕੇ ਤੋਰਿਆ ਉਹ ਵੀ ਲੁੱਟਿਆ ਗਿਆ। ਕਲਯੁੱਗ ਦੇ ਵਿੱਚ ਇਹੋ ਜਿਹਾ ਆਗੂ ਹੋਵੇਗਾ ਜਿਹੜਾ ਸਭ ਤੋਂ ਵੱਧ ਝੂਠ ਬੋਲੇਗਾ। ਜਿੱਡਾ ਵੱਡਾ ਝੂਠਾ ਹੋਵੇਗਾ ਓਡਾ ਹੀ ਵੱਡਾ ਉਹ ਮੁਖੀ ਹੋਵੇਗਾ, ਓਡਾ ਹੀ ਵੱਡਾ ਉਹ ਮੋਹਤਬਾਰ ਹੋਵੇਗਾ। ਇਹ ਕਲਯੁੱਗ ਦੀ ਨਿਸ਼ਾਨੀ ਹੈ ਅਤੇ ਆਪਾਂ ਦੇਖਦੇ ਹੀ ਹਾਂ। ਝੂਠੇ ਬੰਦੇ ਨੂੰ ਪਦਵੀ ਮਿਲੀ ਹੈ, ਸੱਚੇ ਨੂੰ ਜੇਲ੍ਹ ਪ੍ਰਾਪਤ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਕੂੜ ਬੋਲ ਕਰੇ ਆਹਾਰ, ਝੂਠ ਬੋਲ ਕੇ ਮੁਰਦਾ ਖਾ ਕੇ ਕਿਸੇ ਦਾ ਹੱਕ ਖਾ ਕੇ ਭੋਜਨ ਖਾਂਦਾ ਅਤੇ ਬਾਅਦ ਵਿੱਚ ਆਖਦਾ ਮੈਂ ਤੇ ਧਰਮ ਦੇ ਵਿੱਚ ਬੜਾ ਪੱਕਾ, ਇਸ ਤਰ੍ਹਾਂ ਕਹਿੰਦੇ ਮੁਕਤੀ ਨਹੀਂ ਹੁੰਦੀ ਹੈ। ਸਰਮ ਧਰਮ ਕਾ ਡੇਰਾ ਦੂਰ, ਕਹਿਣ ਲੱਗੇ ਡੇਰਾ ਨਾਮ ਗਿਆਨ ਦਾ। ਕਹਿਣ ਲੱਗੇ ਭਾਈ ਗਿਆਨ ਦਾ ਡੇਰਾ ਤੇ ਬੜਾ ਦੂਰ ਹੈ। ਆਖਦਾ ਮੈਂ ਗਿਆਨਵਾਨ ਹਾਂ, ਗਿਆਨ ਤੈਨੂੰ ਕਿੱਥੇ ਹੈ? ਉਹ ਗਿਆਨ ਦੀ ਮੰਜ਼ਿਲ ਤੇ ਬੜੀ ਦੂਰ ਹੈ, ਤੇਰੇ ਕੋਲ ਤੇ ਹਾਲੇ ਇੱਕ ਪੌੜੀ ਨਹੀਂ ਚੜਿਆ ਗਿਆ। ਤੇਰਾ ਭੋਜਨ ਦੁਨੀਆ ਦਾ ਹੱਕ ਖਾਣਾ ਹੈ, ਤੇਰਾ ਭੋਜਨ ਦੁਨੀਆ ਨਾਲ ਠੱਗੀ ਮਾਰਨਾ ਹੈ। ਅਤੇ ਆਖਦਾ ਵੀ ਪ੍ਰਾਪਤੀ ਹੋ ਗਈ ਹੈ, ਕਹਿੰਦੇ ਪ੍ਰਾਪਤੀ ਨਹੀਂ ਹੋਵੇਗੀ, ਨਹੀਂ ਪ੍ਰਾਪਤ ਹੋਵੇਗਾ। ਸਰਮ ਧਰਮ ਕਾ ਡੇਰਾ, ਸ਼ਰਮ ਧਰਮ ਦਾ ਡੇਰਾ ਕੀ ਇਹ? ਗਿਆਨ ਬੜਾ ਦੂਰ ਹੈ ਤੇਰੇ ਕੋਲੋਂ। ਫਿਰ ਮਹਾਰਾਜ ਇਹੋ ਪੰਕਤੀ ਫਰਮਾਉਂਦੇ ਹਨ, ਸਰਮ ਧਰਮ ਕਾ ਡੇਰਾ ਦੂਰ। ਕਹਿਣ ਲੱਗੇ ਗੁਰਮੁਖਾ, ਧਰਮ ਤੋਂ ਬਾਹਰੀ ਹੋਣ ਕਰਕੇ ਤੇਰੇ ਕੋਲੋਂ ਸ਼ਰਮ ਵੀ ਚਲੇ ਗਈ ਹੈ, ਸ਼ਰਮ ਨਹੀਂ ਰਹਿ ਗਈ ਤੇਰੇ ਕੋਲ, ਸ਼ਰਮ ਤੋਂ ਬਾਹਰੀ ਹੋ ਗਿਆ ਹੈ। ਮਹਾਰਾਜ ਸਾਹਿਬ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ ਨਾ ਕਿ ਸ਼ਰਮ ਧਰਮ ਦੋਏ ਛਾਪ ਖਲੋਏ, ਕੂੜ ਫਿਰੈ ਪ੍ਰਧਾਨ ਵੇਲਾ ਲੋ। ਕਲਯੁੱਗ ਦਾ ਸਮਾਂ ਹੈ, ਇੱਥੇ ਸ਼ਰਮ ਨਹੀਂ ਰਹਿ ਗਈ ਵੱਡੇ ਨੂੰ ਛੋਟੇ ਨੂੰ ਔਰ ਛੋਟੇ ਨੂੰ ਵੱਡੇ ਦੇ। ਜਿਹੋ ਜਿਹਾ ਮਰਜ਼ੀ ਕੋਈ ਕੱਪੜਾ ਪਾਵੇ, ਜਿਹੋ ਜਿਹਾ ਮਰਜ਼ੀ ਕੋਈ ਖਾਵੇ, ਜਿਹੋ ਜਿਹਾ ਮਰਜ਼ੀ ਕੋਈ ਕਾਰ ਵਿਹਾਰ ਕਰੇ, ਦਿਨੇ ਰਾਤ ਈਟਾਂ ਲੁੱਟੀਆਂ ਜਾ ਰਹੀਆਂ ਨੇ, ਸਰੀਰ ਵੇਚੇ ਜਾ ਰਹੇ ਨੇ, ਸਰੀਰਾਂ ਦੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਪਾਤਸ਼ਾਹ ਕਹਿਣ ਲੱਗੇ ਸ਼ਰਮ ਨਾਂ ਦੀ ਚੀਜ਼ ਤਾਂ ਉੱਡੀ ਗਈ ਹੈ, ਖਤਮ ਹੀ ਹੋ ਗਈ ਹੈ, ਨਹੀਂ ਵੱਡੇ ਦਾ ਡਰ ਹੈ, ਨਹੀਂ ਕਿਸੇ ਦਾ ਕਹਿਣਾ ਹੈ, ਸਾਰੇ ਆਪਣੀ ਮਰਜ਼ੀ ਵਿੱਚ ਲੱਗੇ ਹੋਏ। ਪਰ ਹੈ ਕਲਯੁੱਗ ਦੀ ਨਿਸ਼ਾਨੀ, ਸ਼ਰਮ ਧਰਮ ਕਾ ਡੇਰਾ ਦੂਰ। ਪਾਤਸ਼ਾਹ ਕਹਿਣ ਲੱਗੇ ਭਾਈ ਉਹ ਸ਼ਰਮ ਕਰਨੀ, ਉਹ ਡਰ ਮੰਨਣਾ, ਸੋ ਡਰ ਦੇ ਵਿੱਚ ਰਹਿਣਾ ਜਾਂ ਧਰਮ ਦੇ ਵਿੱਚ ਰਹਿਣਾ, ਇਹ ਤਾਂ ਤੇਰੇ ਕੋਲੋਂ ਚੀਜ਼ ਦੂਰ ਹੋ ਗਈ ਹੈ, ਤੇਰੇ ਅੰਤਹਿਕਰਨ ਦੇ ਵਿੱਚ ਇਹ ਚੀਜ਼ਾਂ ਰਹਿ ਨਹੀਂ ਗਈਆਂ, ਤੇਰੇ ਹਿਰਦੇ ਵਿੱਚ ਇਹ ਗੱਲਾਂ ਨਹੀਂ ਹਨ। ਨਾਨਕ ਕੂੜ ਰਹਿਆ ਭਰਪੂਰ, ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਝੂਠ ਸਾਰਿਆਂ ਥਾਵਾਂ 'ਤੇ ਪ੍ਰਧਾਨ ਹੈ, ਭਾਵੇਂ ਸਰਕਾਰੇ ਚਲ ਜਾਵੋ, ਭਾਵੇਂ ਦਰਬਾਰੇ ਚਲ ਜਾਵੋ, ਭਾਵੇਂ ਰਾਜਨੀਤੀ ਵਿੱਚ ਚਲ ਜਾਓ ਅਤੇ ਭਾਵੇਂ ਧਾਰਮਿਕ ਸਥਾਨ 'ਤੇ ਚਲੇ ਜਾਵੋ, ਧਾਰਮਿਕ ਸਥਾਨ 'ਤੇ ਵੀ ਝੂਠ ਬੋਲਿਆ ਜਾਂਦਾ, ਰਾਜਨੀਤਿਕ ਸਥਾਨ 'ਤੇ ਵੀ ਝੂਠ ਬੋਲਿਆ ਜਾਂਦਾ, ਸਾਰਿਆਂ ਥਾਵਾਂ 'ਤੇ ਝੂਠ ਹੀ ਝੂਠ ਪ੍ਰਧਾਨ ਹੋ ਗਿਆ ਹੈ। ਕਲਯੁੱਗ ਰਥ ਅਗਨ ਕਾ ਕੂੜ ਅੱਗੇ ਰਥਵਾਹੋ, ਮਹਾਰਾਜ ਦਾ ਬਚਨ ਹੈ। ਕਹਿਣ ਲੱਗੇ ਕਲਯੁੱਗ ਦਾ ਰਥ ਅੱਗ ਦਾ ਬਣਿਆ ਹੋਇਆ, ਜਿਹਦੇ ਉੱਪਰ ਬੈਠਦਾ ਕਲਯੁੱਗ ਅਤੇ ਕਲਯੁੱਗ ਦੇ ਰਥ ਨੂੰ ਚਲਾਉਣ ਵਾਲਾ ਝੂਠ ਹੈ। ਕਲਯੁੱਗ ਦੇ ਵਿੱਚ ਓਨਾ ਹੀ ਬੰਦਾ ਪ੍ਰਫੁੱਲਤ ਹੋਵੇਗਾ ਜਿਹੜਾ ਵੱਧ ਝੂਠ ਦਾ ਸਹਾਰਾ ਲੈਂਦਾ ਪਿਆ। ਪਰ ਝੂਠ ਬੋਲਣ ਵਾਲੇ ਦਾ ਦਰਗਾਹ ਵਿੱਚ ਮੂੰਹ ਕਾਲਾ ਹੋਵੇਗਾ, ਉੱਥੇ ਕੋਈ ਪ੍ਰਾਪਤੀ ਨਹੀਂ ਹੈ। ਪਾਤਸ਼ਾਹ ਕਹਿਣ ਲੱਗੇ ਨਾਨਕ ਕੂੜ ਰਹਿਆ ਭਰਪੂਰ, ਸੰਸਾਰ ਵਿੱਚ ਝੂਠ ਹੀ ਝੂਠ ਭਰਿਆ ਹੋਇਆ, ਝੂਠ ਬੋਲਣ ਵਾਲਾ ਸੰਸਾਰ ਵਿੱਚ ਤੁਰਿਆ ਫਿਰਦਾ, ਝੂਠ ਹੀ ਸਾਰੇ ਸੰਸਾਰ ਵਿੱਚ ਭਰਿਆ ਹੋਇਆ ਹੈ। ਮੱਥੇ ਟਿੱਕਾ ਤੇੜ ਧੋਤੀ ਕਖਾਈ, ਰਾਜ ਕਹਿਣ ਲੱਗੇ ਬਾਹਰੋਂ ਲਿਬਾਸ ਕੀ ਹੈ, ਮੱਥੇ 'ਤੇ ਟਿੱਕਾ ਲਾ ਲੈਂਦਾ, ਕੋਈ ਕੇਸਰ ਦਾ ਲਾਉਂਦਾ, ਕੋਈ ਚੰਦਨ ਦਾ ਲਾਉਂਦਾ, ਕੋਈ ਚੌਲਾਂ ਦਾ ਲਾ ਲੈਂਦਾ, ਕੋਈ ਹਲਦੀ ਦਾ ਲਾ ਲੈਂਦਾ। ਕਹਿਣ ਲੱਗੇ ਮੱਥੇ ਟਿੱਕਾ ਬਾਹਰੋਂ ਤੇ ਲਾ ਲਿਆ ਟਿੱਕਾ, ਵੀ ਵੇਖੋ ਮੈਂ ਧਾਰਮਿਕ ਹਾਂ, ਇਹ ਵਿਖਾਉਣ ਵਾਸਤੇ। ਮੱਥੇ ਟਿੱਕਾ ਤੇੜ ਧੋਤੀ ਕਖਾਈ, ਕਖਾਈ ਰੰਗ ਦੀ ਧੋਤੀ ਬੰਨ ਲਈ, ਕਖਾਈ ਕਹਿੰਦੇ ਨੇ ਭਗਵੇਂ ਰੰਗ ਨੂੰ, ਭਗਵੇਂ ਰੰਗ ਦੀ ਧੋਤੀ ਬੱਧੀ, ਵੀ ਮੈਂ ਵੇਖੋ ਧਾਰਮਿਕ ਬਾਣਾ ਪਾਇਆ ਹੋਇਆ, ਮੈਂ ਧਾਰਮਿਕ ਬੰਦਾ ਹਾਂ। ਅਤੇ ਸਾਡੇ ਵਿੱਚ ਵੀ ਕੁਝ ਲੋਕ ਇਸ ਤਰ੍ਹਾਂ ਕਰਦੇ ਨਾ, ਵੀ ਆਹ ਰੰਗ ਜਿਹੜਾ ਧਰਮ ਦਾ ਮੰਨਿਆ ਜਾਂਦਾ, ਮੈਂ ਇਹ ਬੰਨਾਂ ਅਤੇ ਬੰਨ ਕੇ ਦੁਨੀਆ ਨੂੰ ਮਾਰੀਆਂ ਠੱਗੀਆਂ, ਅਤੇ ਫਿਰ ਉਹ ਧਾਰਮਿਕ ਰੰਗ ਬੰਨਣ ਦਾ ਕੀ ਲਾਭ ਹੋਇਆ। ਤੇੜ ਧੋਤੀ ਕਖਾਈ, ਕਖਾਈ ਤੋਂ ਭਾਗ ਹੈ ਵੀ ਭਗਵੇਂ ਰੰਗ ਦੀ ਧੋਤੀ ਪਾਈ, ਵੀ ਮੈਂ ਧਾਰਮਿਕ ਹਾਂ, ਅਤੇ ਕੀ ਧਾਰਮਿਕ ਕੱਪੜਾ ਪਾ ਕੇ ਕਰਮ 'ਤੇ ਤੇਰਾ ਧਾਰਮਿਕ ਕੋਈ ਨਹੀਂ। ਜਾਂ ਕਖਾਈ ਤੋਂ ਕਹਿੰਦੇ ਨੇ ਕੰਨੀ ਵਾਲੀ ਧੋਤੀ ਪਾਉਣੀ, ਕੰਨੀ ਵਾਲੀ ਧੋਤੀ ਬੱਧੀ ਹੈ, ਵੀ ਆਹ ਵੇਖੋ ਮੇਰੇ ਕੋਲ ਬੜਾ ਕੁਝ ਹੈ, ਮੈਂ ਕੋਈ ਗਰੀਬ ਨਹੀਂ ਹਾਂ,
ਮੈਂ ਵਧੀਆ ਧੋਤੀ ਪਾਈ ਹੈ, ਕੰਨੀ ਵਾਲੀ ਬੱਧੀ ਹੈ, ਮੈਂ ਨਹੀਂ ਕਿਸੇ ਨਾਲ ਮਾੜਾ ਕਰਦਾ। ਜਿੱਡਾ ਅਮੀਰ ਹੈ, ਜਿੱਡੇ ਮਹਿੰਗੇ ਕੱਪੜੇ ਨੇ ਗਲ ਵਿੱਚ, ਓਡਾ ਹੀ ਵੱਡਾ ਠੱਗ ਹੈ। ਦੁਨੀਆ ਨੂੰ ਠੱਗਣ ਵਾਸਤੇ ਮਹਿੰਗੇ ਕੱਪੜੇ ਪਾਏ ਵੀ ਮੈਂ ਰੱਜਿਆ ਹੋਇਆ, ਪਰ ਉਹ ਮਹਿੰਗੇ ਕੱਪੜੇ ਆਏ ਦੁਨੀਆ ਨੂੰ ਠੱਗੇ ਨੇ। ਜੇ ਹੱਕ ਸੱਚ ਦੀ ਕਮਾਈ ਕਰਦਾ ਤਾਂ ਮਸਾਂ ਪ੍ਰਸ਼ਾਦਾ ਚੱਲਦਾ, ਪਰ ਇਹਨੇ ਜੇ ਪ੍ਰਸ਼ਾਦੇ ਤੋਂ ਅੱਗੇ ਵਧਿਆ, ਇਹਨੇ ਦੁਨੀਆ ਨੂੰ ਠੱਗਿਆ ਹੈ, ਦੁਨੀਆ ਨਾਲ ਇਹਨੇ ਨੇ ਧੋਖਾ ਕੀਤਾ ਹੈ। ਮੱਥੇ ਟਿੱਕਾ ਤੇੜ ਧੋਤੀ ਕਖਾਈ, ਪਾਤਸ਼ਾਹ ਕਹਿਣ ਲੱਗੇ ਧੋਤੀ ਬੰਨ੍ਹ ਲਈ, ਪੰਜ ਪੰਜ ਗੰਢਾਂ ਮਾਰ ਕੇ ਮੱਥੇ ਤੇ ਟਿੱਕੇ ਲਾ ਲੈ, ਪਰ ਇਸ ਤਰ੍ਹਾਂ ਮੁਕਤੀ ਨਹੀਂ ਹੁੰਦੀ ਹੈ। ਹੱਥ ਛੁਰੀ ਜਗਤ ਕਾ ਸਾਈ, ਵਿੱਚ ਛੁਰੀ ਫੜ ਲਈ ਹੈ ਦੁਨੀਆ ਦਾ ਹੱਕ ਖਾਣ ਵਾਸਤੇ, ਹੱਥ ਵਿੱਚ ਕਲਮ ਫੜੀ ਹੈ, ਕਹਿਣ ਲੱਗਾ ਮੇਰੀ ਕਲਮ ਚੜ੍ਹੇਗੀ ਚੱਲੇਗੀ ਦਰਖਾਸਤ ਦੇ ਉੱਪਰ, ਮੈਂ ਤੇਰੇ 'ਤੇ ਇਹੋ ਜਿਹਾ ਮੁਕੱਦਮਾ ਬਣਾਵਾਂਗਾ ਵੀ ਤੂੰ ਸਾਰੀ ਉਮਰ ਛੁੱਟੇਗਾ ਨਹੀਂ, ਅਤੇ ਜੇ ਮੇਰਾ ਤੂੰ ਘਰ ਭਰ ਦੇਵੇਂ, ਮੇਰੀ ਝੋਲੀ ਭਰ ਦੇਵੇਂ, ਫਿਰ ਮੈਂ ਤੈਨੂੰ ਬਚਾ ਲਵਾਂਗਾ। ਹੱਥ ਛੁਰੀ ਜਗਤ ਕਸਾਈ, ਦੁਨੀਆ ਨੂੰ ਖਾਣ ਵਾਸਤੇ ਕਸਾਈ ਬਣਿਆ ਹੋਇਆ, ਹੱਥ ਵਿੱਚ ਕਲਮ ਫੜ ਕੇ ਦੁਨੀਆ ਨੂੰ ਠੱਗਦਾ ਪਿਆ, ਲੁੱਟਦਾ ਪਿਆ। ਐਸੀ ਹਾਲਤ ਕਲਯੁੱਗ ਦੇ ਬੰਦਿਆਂ ਦੀ ਬੜੀ ਹੋਈ ਹੈ। ਨੀਲ ਵਸਤਰ ਪਹਿਰ ਹੋਵੇ ਪਰਵਾਨ, ਨੀਲੇ ਰੰਗ ਦੇ ਵਸਤਰ ਪਾਉਂਦਾ। ਗੁਰਮੁਖੋ, ਇਹ ਬਚਨ ਜਿਹੜੇ ਨੇ ਗੁਰੂ ਨਾਨਕ ਸਾਹਿਬ ਦੇ ਨੇ ਆਸਾ ਦੀ ਵਾਰ ਦੇ, ਵੀ ਕਲਯੁੱਗ ਦੇ ਲੋਕ ਇਹੋ ਜਿਹਾ ਹੋਣਗੇ। ਪਾਤਸ਼ਾਹ ਕਹਿਣ ਲੱਗੇ ਨੀਲ ਵਸਤਰ ਪਹਿਰ ਹੋਵੇ ਪਰਵਾਨ, ਕਿਉਂਕਿ ਮੁਗਲਾਂ ਦਾ ਰਾਜ ਹੈ ਨਾ, ਅਤੇ ਮੁਗਲਾਂ ਦੇ ਰਾਜ ਵਿੱਚ ਨੀਲੇ ਵਸਤਰ ਨੂੰ ਮੁੱਖ ਮੰਨਿਆ ਜਾਂਦਾ ਸੀ। ਜਿਵੇਂ ਅੱਜ ਕੱਲ੍ਹ ਦੇ ਰਾਜ ਵਿੱਚ ਕਹਿੰਦੇ ਭਗਵੇਂ ਕੱਪੜੇ ਪਾਓ ਅਤੇ ਤਾਂ ਤੁਹਾਨੂੰ ਅਸੀਂ ਕੁਝ ਦੇਵਾਂਗੇ, ਇਹੋ ਹੀ ਹਾਲਤ ਮੁਗਲਾਂ ਦੀ ਸੀ। ਮੁਗਲ ਕਹਿੰਦੇ ਸੀ ਨੀਲੇ ਕੱਪੜੇ ਪਾਓ, ਜਦੋਂ ਸਾਡੇ ਦਰਬਾਰ ਵਿੱਚ ਕਿਸੇ ਨੇ ਫਰਿਆਦ ਲੈ ਕੇ ਆਉਣਾ, ਕਚਹਿਰੀ ਵਿੱਚ ਆਉਣਾ, ਨੀਲੇ ਕੱਪੜੇ ਪਾ ਕੇ ਆਵੇ ਤਾਂ ਉਹਦੀ ਫਰਿਆਦ ਅਸੀਂ ਸੁਣਾਂਗੇ, ਅਤੇ ਜੇ ਨੀਲੇ ਕੱਪੜੇ ਸਾਡੇ ਧਰਮ ਦੇ ਨਾ ਪਾਏ ਫਿਰ ਉਹਦੀ ਫਰਿਆਦ ਨਹੀਂ ਅਸੀਂ ਸੁਣਾਂਗੇ। ਇਸ ਤਰ੍ਹਾਂ ਧੱਕਾ ਕਰਦੇ ਸਨ ਮੁਗਲ, ਕਿਉਂਕਿ ਰਾਜ ਉਹਨਾਂ ਦਾ ਹੈ। ਅਤੇ ਮਹਾਰਾਜ ਕਹਿਣ ਲੱਗੇ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ, ਉਹ ਜਿਹੜਾ ਹਿੰਦੂ ਖਲੋਤਾ ਸੀ ਨਾ ਪੁਲ ਦੇ ਉੱਪਰ ਟੈਕਸ ਲੈਣ ਵਾਸਤੇ, ਨੀਲੇ ਕੱਪੜੇ ਪਾਈ ਬੈਠਾ। ਮਹਾਰਾਜ ਕਹਿਣ ਲੱਗੇ ਨੀਲੇ ਕੱਪੜੇ ਪਾ ਕੇ ਪ੍ਰਵਾਨ ਤਾਂ ਹੋ ਗਿਆ, ਮੁਗਲਾਂ ਨੂੰ ਤਾਂ ਖੁਸ਼ ਕਰ ਲਿਆ ਵੀ ਆਹ ਵੇਖੋ ਮੈਂ ਤੁਹਾਡੇ ਧਰਮ ਦਾ ਬਾਣਾ ਪਾਈ ਬੈਠਾ, ਡਰੈਸ ਪਾਈ ਬੈਠਾ, ਤੁਹਾਡੇ ਧਰਮ ਦੀ ਦੱਸੀ ਹੋਈ। ਅਤੇ ਪਾਤਸ਼ਾਹ ਕਹਿਣ ਲੱਗੇ ਪ੍ਰਵਾਨ ਤਾਂ ਹੋ ਗਿਆ ਦੁਨੀਆ ਦੇ ਸਾਹਮਣੇ, ਮੁਗਲ ਤਾਂ ਹੋ ਗਿਆ ਖੁਸ਼ ਤੇਰੇ ਉੱਪਰ ਵੀ ਬੰਦਾ ਸਾਡਾ ਹੈ, ਸਾਡੇ ਕਹਿਣੇ ਵਿੱਚ ਚੱਲਦਾ। ਪਰ ਪਾਤਸ਼ਾਹ ਕਹਿਣ ਲੱਗੇ ਮਲੇਸ਼ ਧਾਨ ਲੈ ਪੂਜੇ ਪ੍ਰਾਣ, ਮਲੇਸ਼ਾਂ ਦੇ ਕੋਲੋਂ ਜਿਨ੍ਹਾਂ ਦਾ ਮਨ ਮੈਲਾ ਹੈ ਉਹਨਾਂ ਦੇ ਕੋਲੋਂ ਧਾਨ ਲੈ ਕੇ, ਮਾਇਆ ਲੈ ਕੇ, ਅਤੇ ਪੁਰਾਣਾਂ ਦੀ ਪੂਜਾ ਕਰਨਾ, ਪੜ੍ਹਦਾ ਪੁਰਾਣ ਹੈ, ਪੜ੍ਹਦਾ ਕੁਰਾਨ ਹੈ, ਹਿੰਦੂ ਬਣ ਕੇ ਘਰ ਵਿੱਚ ਬੈਠ ਕੇ ਪੁਰਾਣ ਪੜ੍ਹਦਾ, ਜਦੋਂ ਬਾਹਰ ਨਿਕਲਦਾ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਕੁਰਾਨ ਪੜ੍ਹਨਾ, ਕੀ ਫਾਇਦਾ ਹੋਇਆ? ਤੈਨੂੰ ਆਪਣੇ ਧਰਮ 'ਤੇ ਯਕੀਨ ਹੀ ਕੋਈ ਨਹੀਂ, ਦੂਜਿਆਂ ਨੂੰ ਖੁਸ਼ ਕਰਨ ਵਾਸਤੇ ਇਹੋ ਜਿਹਾ ਕਰਮ ਕਰਦਾ। ਮਲੇਸ਼ ਧਾਨ ਲੈ, ਮਲੇਸ਼ਾਂ ਦੇ ਕੋਲੋਂ ਧਾਨ ਲੈ ਕੇ, ਮਾਇਆ ਲੈ ਕੇ, ਪੂਜੇ ਹੈ ਪ੍ਰਾਣ, ਅਤੇ ਫਿਰ ਅੰਦਰ ਲੁਕ ਲੁਕ ਕੇ ਪੁਰਾਣਾਂ ਦੀ ਪੂਜਾ ਕਰਦਾ ਹੈ। ਭਾਖਿਆ ਕਾ ਕੁੱਠਾ ਬੱਕਰਾ ਖਾਣਾ, ਪਾਤਸ਼ਾਹ ਕਹਿਣ ਲੱਗੇ ਭਾਖਿਆ ਦਾ ਕੁੱਠਾ ਕੋਇਆ ਹੋਇਆ ਬੱਕਰਾ ਖਾਂਦਾ। ਮੁਸਲਮਾਨ ਜਿਹੜੇ ਨੇ ਬੱਕਰੇ ਦੀ ਸਿਰੀ 'ਤੇ ਛੁਰੀ ਰੱਖ ਕੇ ਕਲਮਾ ਪੜ੍ਹਦੇ, ਤੜਫਾ ਕੇ ਮਾਰਿਆ ਗਿਆ, ਹੌਲੀ ਹੌਲੀ ਮਾਰਿਆ ਗਿਆ, ਨਾਲ ਕਲਮਾ ਪੜ੍ਹਿਆ ਗਿਆ, ਉਹਨੂੰ ਕਹਿੰਦੇ ਕੁੱਠਾ ਮਾਸ ਹੈ, ਅਤੇ ਇਹ ਉਹਨਾਂ ਕੋਲੋਂ ਲੈ ਕੇ ਖਾਂਦਾ। ਮਹਾਰਾਜ ਕਹਿੰਦੇ ਇੱਕ ਪਾਸੇ ਤਾਂ ਹਿੰਦੂ ਹੈ, ਇੱਕ ਪਾਸੇ ਕਲਮਾਂ ਦਾ ਪੜ੍ਹਿਆ ਮਾਸ ਖਾਂਦਾ, ਤੂੰ ਕਾਹਦਾ ਹਿੰਦੂ ਰਹਿ ਗਿਆ? ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਕੁਝ ਲੋਕ ਬੜੇ ਚਲਾਕ ਹੁੰਦੇ ਨੇ, ਉਹ ਕਹਿਣ ਲੱਗੇ ਜੇ ਅਸੀਂ ਮਾਸ ਖਾਣਾ ਹੈ ਨਾ, ਤਾਂ ਮਾਸ ਖਾਣ ਵਾਲੇ ਜੀਵ ਨੂੰ ਜੇ ਮੈਂ ਮਾਰਾਂਗਾ ਤਾਂ ਮੈਨੂੰ ਪਾਪ ਲੱਗੇਗਾ, ਕੀ ਕਰੀਏ? ਮਾਸ ਆਪਾਂ ਖਾਣਾ ਕਸਾਈ ਨੂੰ ਲੈ ਕੇ ਆਈਏ, ਕਸਾਈ ਬੱਕਰੇ ਨੂੰ ਮਾਰੇਗਾ, ਕਸਾਈ ਬਣਾਵੇਗਾ, ਪਾਪ ਤਾਂ ਲੱਗਣਾ ਕਸਾਈ ਨੂੰ, ਆਪਾਂ ਨੂੰ ਥੋੜ੍ਹੀ ਲੱਗਣਾ, ਆਪਾਂ ਤਾਂ ਮਰਿਆ ਮਰਾਇਆ ਖਾਣਾ ਹੈ, ਸਾਡੀ ਸੋਚ ਹੈ ਨਾ, ਅਸੀਂ ਇਸ ਤਰ੍ਹਾਂ ਹੀ ਕਰਦੇ ਨਾ ਵੀ ਜੇ ਮੈਂ ਮਾਰਾਂਗਾ ਤਾਂ ਪਾਪ ਲੱਗੇਗਾ। ਮਾਰਨ ਵਾਸਤੇ ਬੰਦਾ ਕਿਰਾਏ 'ਤੇ ਲਿਆਓ, ਪੈਸੇ ਦੇ ਕੇ ਲਿਆਓ ਬੰਦਾ, ਉਹ ਮਾਰੇ ਉਹ ਬਣਾਵੇ ਅਤੇ ਆਪਾਂ ਖਾਈਏ। ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਵੀ ਕਰੇਗਾ ਨਾ ਤਾਂ ਪਾਪ ਤੋਂ ਫਿਰ ਵੀ ਨਹੀਂ ਬਚਿਆ ਜਾਣਾ, ਜਿੰਨੇ ਜਿੰਨੇ ਉਹਦੀ ਬੋਟੀ ਖਾਧੀ ਹੈ ਨਾ, ਉਹਨਾਂ ਉਹਨਾਂ ਪਾਪ ਦਾ ਹੱਕਦਾਰ ਉਹ ਬਣੇਗਾ, ਭਾਵੇਂ ਤੂੰ ਕਿਸੇ ਨੂੰ ਮੁੱਲ ਲਿਆ ਕੇ ਬੱਕਰਾ ਮਰਵਾਇਆ ਅਤੇ ਭਾਵੇਂ ਆਪ ਮਾਰਿਆ। ਜਿੰਨਾ ਵੀ ਜੀਵ 'ਤੇ ਹੱਤਿਆ ਕੀਤੀ ਹੈ, ਜਿੰਨਾ ਵੀ ਉਹ ਤੜਫ ਕੇ ਮਰਿਆ, ਜਿਹਦੀ ਜਾਨ ਲਈ ਹੈ ਜ਼ੁਬਾਨ ਦੀ ਸਵਾਦ ਵਾਸਤੇ, ਉਹਦਾ ਲੇਖਾ ਉਹਨਾਂ ਨਾਲ ਤੈਨੂੰ ਵੀ ਦੇਣਾ ਪੈਣਾ। ਇਹ ਆਪਣੇ ਮਨ ਦੀ ਚਲਾਕੀ ਨਾ ਸਮਝ ਵੀ ਮੈਂ ਤਾਂ ਬਚ ਗਿਆ ਜੀ ਪਾਪ ਤੋਂ, ਮੈਂ ਥੋੜ੍ਹੀ ਮਾਰਿਆ ਸੀ, ਮਾਰਿਆ ਤਾਂ ਕਿਸੇ ਹੋਰ ਨੇ, ਖਾਧਾ ਤਾਂ ਤੂੰ ਹੈ ਨਾ, ਜੇ ਤੂੰ ਖਾਧਾ ਤਾਂ ਸਜ਼ਾ ਮਿਲੇਗੀ। ਕਹਿਣ ਲੱਗੇ ਇਸ ਤਰ੍ਹਾਂ ਦੀ ਹਾਲਤ ਹੈ, ਚੌਂਕੇ ਉੱਪਰ ਕਿਸੇ ਨਾ ਜਾਣਾ। ਦੂਜਿਆਂ ਨੂੰ ਆਖਦਾ ਵੀ ਮੇਰੇ ਚੌਂਕੇ 'ਤੇ ਨਾ ਆਓ, ਖਾਣਾ ਤਾਂ ਮਾਸ ਹੈ, ਖਾਣੇ 'ਤੇ ਬੱਕਰੇ ਨੇ, ਉਹ ਵੀ ਕਲਮਾ ਪੜ੍ਹੇ ਹੋਏ, ਮੁਸਲਮਾਨਾਂ ਦੇ ਵੱਢੇ ਹੋਏ,
ਅਤੇ ਜਦੋਂ ਆਪਣੇ ਘਰ ਵਿੱਚ ਬ੍ਰਾਹਮਣ ਆ ਜਾਂਦਾ, ਖੱਤਰੀ ਆ ਜਾਂਦਾ, ਕਹਿਣ ਲੱਗਾ ਮੇਰੇ ਚੌਂਕੇ ਦੇ ਨੇੜੇ ਨਾ ਕੋਈ ਆਇਓ, ਚੌਂਕਾ ਨਾ ਕਿਤੇ ਮੇਰਾ ਪਿੱਟਿਆ ਜਾਵੇ। ਦੂਜਿਆਂ ਨੂੰ ਚੌਂਕੇ ਤੇ ਚੜ੍ਹਨ ਤੋਂ ਰੋਕ ਦਿੰਦਾ ਹੈ, ਦੇਖੇ ਚੌਂਕਾ ਕੱਢੀ ਕਰ, ਚੌਂਕਾ ਦੇ ਕੇ ਉੱਪਰ ਕਾਰਾਂ ਕੱਢ ਦਿੰਦਾ ਗੋਹੇ ਦੇ ਨਾਲ, ਕਹਿਣ ਲੱਗੇ ਲਿਪਾ ਪੋਚਾ ਚੌਂਕੇ ਦਾ ਕਰਦਾ ਹੈ, ਉੱਪਰ ਆਏ ਬੈਠੇ ਕੂੜਿਆਰ। ਚੌਂਕੇ ਵਿੱਚ ਭੋਜਨ ਖਾਣ ਵਾਸਤੇ ਝੂਠੇ ਹੀ ਲੋਕ ਆ ਕੇ ਬੈਠ ਗਏ, ਆਇਆ ਤੇ ਬਾਹਰੋਂ ਨਹਾ ਧੋ ਕੇ ਆ, ਧੋਤੀ ਪਾ ਕੇ ਆਇਆ, ਨਹਾ ਕੇ ਆਇਆ, ਚੌਂਕੇ ਨੂੰ ਗੋਹੇ ਦੇ ਨਾਲ ਲਿਪਿਆ, ਵੀ ਚੌਂਕਾ ਵੀ ਸੁੱਚਾ, ਮੈਂ ਵੀ ਸੁੱਚਾ। ਮਹਾਰਾਜ ਕਹਿਣ ਲੱਗੇ ਤੇਰਾ ਚੌਂਕਾ ਵੀ ਝੂਠਾ ਹੈ ਅਤੇ ਤੇਰਾ ਉਹਦੇ ਉੱਪਰ ਬਹਿਣਾ ਵੀ ਝੂਠਾ ਹੈ, ਕਿਉਂਕਿ ਦੁਨੀਆ ਨੂੰ ਠੱਗ ਠੱਗ ਕੇ ਖਾਧਾ ਹੈ, ਦੁਨੀਆ ਨੂੰ ਲੁੱਟ ਕੇ ਲੈ ਕੇ ਆਇਆ, ਬਦ ਸੀਸਾ ਲੈ ਕੇ ਆਇਆ, ਹੁਣ ਜਿੰਨੇ ਮਰਜ਼ੀ ਇਸ਼ਨਾਨ ਕਰ ਅਤੇ ਜਿੰਨੇ ਮਰਜ਼ੀ ਚੌਂਕੇ ਲਿੰਬ ਲਾ, ਇਹ ਕੁਝ ਨਹੀਂ ਉਹ ਮਿਲਣਾ। ਉੱਪਰ ਆਏ ਬੈਠੇ ਕੂੜਿਆਰ, ਕੂੜਿਆਰ ਕਹਿੰਦੇ ਝੂਠੇ ਨੂੰ, ਕੂੜੇ ਨੂੰ। ਮਹਾਰਾਜ ਕਹਿੰਦੇ ਝੂਠੇ ਹੀ ਉਹ ਚੌਂਕੇ ਦੇ ਉੱਪਰ ਆ ਕੇ ਬੈਠਦੇ ਹਨ। ਮਤ ਪਿੱਟੇ ਵੇ ਮਤ ਪਿੱਟੇ, ਮਤਾਂ ਅਸੀਂ ਕਿਤੇ ਪਿੱਟੇ ਜਾਈਏ, ਪਰੇ ਹੋ ਜਾਓ, ਸਾਡੇ ਨਾਲ ਨਾ ਲੱਗਿਓ, ਸਾਡੇ ਕੱਪੜੇ ਦੇ ਨਾਲ ਨਾ ਲੱਗਿਓ, ਤੁਸੀਂ ਨਹਾਤੇ ਧੋਤੇ ਨਹੀਂ ਤੇ ਮੈਂ ਨਹਾਤਾ ਧੋਤਾ ਹਾਂ। ਮਤ ਪਿੱਟੇ, ਮਤਾਂ ਕੋਈ ਸਾਨੂੰ ਪਿੱਟ ਜਾਏ, ਮਤਾਂ ਕੋਈ ਸਾਨੂੰ ਪਿੱਟ ਜਾਏ, ਸਾਡੇ ਤੋਂ ਦੂਰ ਰਹਿਣਾ ਕਰੋ। ਇਹੋ ਅੰਨ ਸਾਡਾ ਫਿੱਟੇ, ਸਾਡਾ ਅੰਨ ਹੈ ਨਾ ਇਹ, ਕਿਤੇ ਸਾਡਾ ਅਫਿੱਟੇ ਨਾ ਹੋ ਜਾਵੇ, ਕਿਤੇ ਦੂਸ਼ਿਤ ਨਾ ਹੋ ਜਾਵੇ, ਤੁਹਾਡੀ ਨਿਗਾਹ ਹੀ ਨਾ ਪੈ ਜਾਵੇ, ਤੁਹਾਡਾ ਪਰਛਾਵਾਂ ਹੀ ਨਾ ਪੈ ਜਾਵੇ। ਦੁਨੀਆਂ ਨੂੰ ਇਸ ਤਰ੍ਹਾਂ ਆਖਦਾ ਹੈ, ਤਨ ਫਿੱਟੇ ਫੇੜ ਕਰੇ ਨਾ, ਮਹਾਰਾਜ ਕਹਿੰਦੇ ਤਨ ਤੇ ਤੁਹਾਡੇ ਫਿੱਟ ਗਏ ਨੇ, ਖਰਾਬ ਹੋ ਗਏ ਨੇ, ਪਾਪ ਦਾ ਅੰਨ ਖਾ ਕੇ ਤੇ ਫੇਟ ਕਰੇ ਨਾ, ਤੇ ਦੁਨੀਆਂ ਨੂੰ ਖਰਾਬ ਕਰਦੇ ਪਏ ਹੋ। ਜਿਹੜਾ ਆਪ ਖਰਾਬ ਹੋਇਆ ਉਹ ਦੂਜੇ ਨੂੰ ਤੇ ਖਰਾਬ ਕਰੇਗਾ ਨਾ, ਹੁਣ ਮੈਂ ਮੱਝ ਲਿਬੜੀ ਹੈ ਛੱਪੜ ਵਿੱਚ ਤੇ ਉਹ ਦੂਜਿਆਂ ਨੂੰ ਤੇ ਲਿਬੜੇਗੀ ਨਾ, ਜਿਹੋ ਜਿਹਾ ਸ਼ਰਾਬੀ ਆਪ ਬਣਿਆ ਦੂਜਿਆਂ ਨੂੰ ਸਿੱਖਿਆ ਵੀ ਇਸ ਤਰ੍ਹਾਂ ਦੀ ਦੇਵੇਗਾ, ਜਿਹੋ ਜਿਹਾ ਵੈਲੀ ਆਪ ਬਣਿਆ ਦੂਜਿਆਂ ਨੂੰ ਸਿੱਖਿਆ ਵੀ ਉਹੋ ਜਿਹੀ ਦੇਵੇਗਾ। ਤਨ ਫਿੱਟੇ, ਆਪ ਖਰਾਬ ਹੋਇਆ ਦੁਨੀਆਂ ਨੂੰ ਖਰਾਬ ਕਰਦਾ ਪਿਆ ਹੈ। ਮਨ ਝੂਠਾ ਚੁਲੀ ਭਰੇਨ, ਤੇ ਤੇਰਾ ਝੂਠਾ ਹੈ ਤੇ ਮੂੰਹ ਦੇ ਵਿੱਚ ਚੁਲੀਆਂ ਪਾ ਪਾ ਕੇ ਕਰਦਾ, ਕੁਰਲੀਆਂ ਕਰਦਾ, ਚੁਰਲੀ ਕਰ ਕਰਕੇ ਪਾਣੀ ਬਾਹਰ ਨੂੰ ਸੁੱਟਦਾ। ਪਾਤਸ਼ਾਹ ਕਹਿਣ ਲੱਗੇ ਮੂੰਹ ਦੀਆਂ ਚੁਰਲੀਆਂ ਕੁਰਲੀਆਂ ਕਰਨ ਦੇ ਨਾਲ ਕਦੇ ਮਨ ਥੋੜ੍ਹੀ ਸਾਫ਼ ਹੋਏ ਨੇ? ਮਨ ਜੂਠਾ, ਮਨ ਤੇ ਤੇਰਾ ਜੂਠਾ ਮੈਲ ਦੇ ਨਾਲ, ਪਾਪ ਦੇ ਨਾਲ, ਅਤੇ ਮੂੰਹ ਦੇ ਨਾਲ ਬੜੇ ਬ੍ਰੱਸ਼ ਕਰਦਾ ਪਿਆ, ਬੜੀਆਂ ਦਾਤਣਾ ਕਰਦਾ ਪਿਆ, ਮੂੰਹ ਨੂੰ ਬੜਾ ਸਾਫ਼ ਕਰਦਾ ਪਿਆ, ਧੋਂਦਾ ਪਿਆ ਮਹਿੰਗੇ ਮਹਿੰਗੇ ਸ਼ੈਂਪੂ ਸਾਬਣ ਦੇ ਨਾਲ। ਕਹਿੰਦੇ ਇਸ ਤਰ੍ਹਾਂ ਕਰਨ ਦੇ ਨਾਲ ਮਨ ਕਦੇ ਸਾਫ਼ ਨਹੀਂ ਹੁੰਦਾ ਹੈ। ਕਹੋ ਨਾਨਕ ਸੱਚ ਤੇ ਆਈਏ, ਮਹਾਰਾਜ ਨੂੰ ਪੁੱਛਿਆ ਮਹਾਰਾਜ ਮਨ ਸੱਚ ਸੁੱਚਾ ਨਹੀਂ ਹੋਵੇਗਾ? ਮਹਾਰਾਜ ਕਹਿੰਦੇ ਹੋ ਜਾਏਗਾ। ਪਾਤਸ਼ਾਹ ਕਿਵੇਂ ਹੋਵੇਗਾ? ਕਹੋ ਨਾਨਕ ਸੱਚ ਤੇ ਆਈਏ, ਜਿਨ੍ਹਾਂ ਨੇ ਸੱਚੇ ਨਾਮ ਨੂੰ ਜਪਿਆ ਹੈ, ਜਿਹੜੇ ਨਾਮ ਨੂੰ ਜਪਦੇ ਨੇ ਭਾਈ ਉਹਨਾਂ ਦਾ ਮਨ ਸੁੱਚਾ ਹੁੰਦਾ ਹੈ। ਸੁੱਚ ਹੋਵੇ ਤਾਂ ਸੱਚ ਪਾਈਏ, ਸਾਡੇ ਕੋਲ ਸੁੱਚ ਹੋਵੇ, ਪਵਿੱਤਰਤਾ ਹੀ ਜੇ ਕਰਨੀ ਹੈ ਨਾ, ਮਨ ਨੂੰ ਸਾਫ਼ ਕਰਨਾ ਹੈ ਤੇ ਫਿਰ ਨਾਮ ਜਪ ਤਾਂ ਸੱਚ ਪਾਈਏ, ਪਰਮੇਸ਼ਰ ਵੀ ਤਾਂ ਮਿਲਣਾ ਹੈ, ਕਿਉਂਕਿ ਪਰਮੇਸ਼ਰ ਸੁੱਚੇ ਮਨ ਵਿੱਚ ਆਵੇਗਾ, ਸਾਫ਼ ਮਨ ਵਿੱਚ ਆਵੇਗਾ, ਬੇਈਮਾਨ ਮਨ ਦੇ ਵਿੱਚ ਕਦੇ ਪਰਮੇਸ਼ਰ ਨੇੜੇ ਨਹੀਂ ਲੱਗੇਗਾ। ਸੁੱਚ ਹੋਵੇ, ਪਹਿਲਾਂ ਆਪਣੇ ਮਨ ਨੂੰ ਸੁੱਚਾ ਕਰ ਨਾਮ ਜਪ ਕੇ, ਅਤੇ ਫਿਰ ਸੱਚ ਪਾਈਏ, ਫਿਰ ਪਰਮਾਤਮਾ ਮਿਲੇਗਾ, ਉਸ ਤਰ੍ਹਾਂ ਨਹੀਂ ਮਿਲਦਾ ਹੈ। ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ, ਪਰਮਾਤਮਾ ਦੇ ਚੇਤੇ ਵਿੱਚ ਯਾਦ ਵਿੱਚ ਹੈ ਸਾਰੀ ਦੁਨੀਆ, ਉਹ ਭੁੱਲ ਨਹੀਂ ਗਿਆ। ਆਪਾਂ ਕਈ ਵਾਰ ਕਹਿ ਦਿੰਦੇ ਰੱਬ ਤਾਂ ਮੈਨੂੰ ਭੁੱਲਿਆ ਹੀ ਬੈਠਾ, ਰੱਬ ਨਹੀਂ ਉਹ ਭੁੱਲਿਆ ਕਿਸੇ ਨੂੰ, ਚਿੱਤੇ ਅੰਦਰ ਸਭ ਕੋ ਉਹਦੇ ਚੇਤੇ ਵਿੱਚ ਉਹਦੀ ਯਾਦ ਵਿੱਚ ਸਾਰੇ ਨੇ। ਵੇਖ ਨਦਰੀ ਹੇਠ ਚਲਾਇੰਦਾ, ਸਾਰਿਆਂ ਨੂੰ ਆਪਣੀ ਨਜ਼ਰ ਥੱਲੇ ਰੱਖੀ ਬੈਠਾ, ਸਾਰਿਆਂ ਨੂੰ ਵੇਖਦਾ ਪਿਆ ਹੈ। ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ, ਆਪੇ ਦਿੰਦਾ ਗੁਰਮੁਖਾਂ ਨੂੰ, ਆਪੇ ਹੀ ਨਾਮ ਜਪਣ ਦਾ ਕਰਮ ਬਖਸ਼ਿਸ਼ ਕਰਦਾ ਹੈ। ਵੱਡਾ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦਾ ਲਾਇੰਦਾ, ਸਾਰਿਆਂ ਤੋਂ ਵੱਡਾ ਉਹਦੀ ਧਰਤੀ ਬਣਾਈ ਹੋਈ ਸਭ ਤੋਂ ਵੱਡੀ ਹੈ, ਸਾਰਿਆਂ ਨੂੰ ਸਿਰ ਬਸਿਰ ਉਸਨੇ ਧੰਦੇ ਕੰਮ ਦੇ ਵਿੱਚ ਲਾਇਆ ਹੋਇਆ ਹੈ। ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ, ਨਜ਼ਰ ਕਿਤੇ ਪੁੱਠੀ ਹੋ ਜਾਵੇ, ਉਲਟੀ ਹੋ ਜਾਵੇ, ਭਾਵ ਕਿ ਜੇ ਕਿਤੇ ਪਰਮਾਤਮਾ ਗੁੱਸੇ ਵਿੱਚ ਆ ਜਾਵੇ, ਵੱਡੇ ਵੱਡੇ ਬਾਦਸ਼ਾਹਾਂ ਨੂੰ ਘਾਹ ਵੱਢਣ ਵਾਸਤੇ ਘਾਈ ਬਣਾ ਦਿੰਦਾ। ਨਜ਼ਰ ਉਪੱਠੀ ਜੇ ਕਰੇ, ਜੇ ਉਹਦੀ ਨਜ਼ਰ ਕਿਤੇ ਹੋ ਜਾਵੇ ਨਾ ਉਲਟੀ, ਰੱਬ ਨਾ ਕਰੇ ਨਾ ਹੀ ਹੋਵੇ, ਬਾਦਸ਼ਾਹਾਂ ਨੂੰ ਘਾਹ ਵੱਢਣ ਵਾਸਤੇ ਲਾ ਦਿੰਦਾ, ਬਾਦਸ਼ਾਹ ਘਾਓ ਕਰਾਏਂਦਾ, ਬਾਦਸ਼ਾਹ ਨੂੰ ਘਾਹ ਖਾਣਾ ਪੈ ਜਾਂਦਾ, ਐਸੀਆਂ ਮਜਬੂਰੀਆਂ ਬਾਦਸ਼ਾਹਾਂ ਦੇ ਉੱਪਰ ਬਣਾ ਦਿੰਦਾ ਹੈ। ਦਰ ਮੰਗਣ ਭਿੱਖ ਨਾ ਪਾਏਂਦਾ, ਬਾਦਸ਼ਾਹ ਫਿਰ ਦਰਾਂ ਦਰਾਂ ਤੇ ਜਾ ਕੇ ਮੰਗਦੇ ਨੇ, ਅੱਲਾ ਦੇ ਨਾਮ ਤੇ ਦੇ ਦੇ ਕੁਝ ਖਾਣ ਵਾਸਤੇ, ਕਹਿਣ ਲੱਗੇ ਮੰਗਿਆ ਵੀ ਭਿੱਖਿਆ ਨਹੀਂ ਮਿਲਦੀ ਹੈ। ਕਿੱਥੇ ਬਾਦਸ਼ਾਹ ਸੀ ਦੁਨੀਆਂ ਨੂੰ ਦਾਨ ਕਰਦਾ ਪਿਆ, ਕਿੱਥੇ ਪਰਮਾਤਮਾ ਦੀ ਨਜ਼ਰ ਪੁੱਠੀ ਹੋ ਗਈ, ਬਾਦਸ਼ਾਹ ਜਾ ਕੇ ਦਰਵਾਜ਼ਿਆਂ 'ਤੇ ਮੰਗਦੇ ਪਏ ਤਾਂ ਵੀ ਭਿੱਖਿਆ ਨਹੀਂ ਮਿਲਦੀ ਪਈ ਹੈ।
ਐਸੀ ਹਾਲਤ ਬਣਦੀ ਹੈ। ਸਮੇਂ ਦੀ ਸਮਾਪਤੀ ਭੁੱਲਾਂ ਦੀ ਮੁਆਫ਼ੀ, ਬਚਨ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ਼ ਕਰਨੀਆਂ, ਦਿਓ ਸੱਜਣ ਅਸੀਸਣੀਆਂ। ਜਿਉਂ ਹੋਵੇ ਸਾਹਿਬ ਜਮੇਲ, ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇਂਦਾ, ਦਰ ਮੰਗਣ ਭਿੱਖ ਨਾ ਪਾਇਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।